ਤੇਰਾ ਸ਼ੌਰ ਹੀ ਨਹੀਂ, ਤੇਰਾ ਅਕਲ ਹੀ ਨਹੀਂ, ਉਹ ਕਿਤਨਾ ਵੱਡਾ ਬਾਦਸ਼ਾਹ ਹੈ। ਮੈਂ ਤਾਂ ਸ਼ੁਕਰ ਇਸ ਗੱਲ ਦਾ ਕਰਨਾ ਕਿ ਮੈਂ ਹਕੀਰ ਦੇ ਤੋਹਫੇ ਜ਼ਹਰਾ ਦਾ ਪੁੱਤਰ ਕਬੂਲ ਕਰ ਲੈਂਦਾ, ਵਰਨਾ ਮੇਰੀ ਕਿੱਥੇ ਔਕਾਤ। ਗੱਲ ਬਲਖ ਹੋਈ ਮੀਆਂ ਬੀਵੀ ਦੇ ਦਰਮਿਆਨ, ਤੀਜਾ ਸੁਣਨ ਵਾਲੇ ਇੱਕ ਵਾਰੀ ਖਤਮ ਹੋ ਗਏ। ਸਫ਼ਰ ਕਰਦਾ ਇਮਾਮ ਦੀ ਬਾਰਗਾਹ 'ਚ ਪਹੁੰਚਿਆ, ਅੱਗੇ ਐਨ ਖਾਣੇ ਦਾ ਟਾਈਮ ਆਈ, ਥੋੜ੍ਹੀ ਦੇਰ ਬੈਠੇ ਅਤੇ ਨੌਕਰ ਆ ਕੇ ਦੱਸਿਆ ਸ਼ਹਿਨਸ਼ਾਹ ਦਸਤਰਖਾਨ ਲੱਗ ਗਿਆ। ਖੁਲਕੇ ਅਜ਼ੀਮ ਦਾ ਮਾਲਕ ਘਰਾਨਾ, ਦਸਤਾਰੇ ਹੁਸੈਨ ਦਾ ਵਾਰਸ, ਬਾਕਿਰ ਦਾ ਬਾਬਾ, ਮੇਰੇ ਬਾਦਸ਼ਾਹ ਨੌਕਰ ਫਰਦ ਮਿਨ ਫਾਤਿਨੀ ਬੇ ਤਸ਼ਤਿਨ ਵ ਇਬਰੀਕਿਨ ਮਿਨ ਅਲਮਾ। ਇੱਕ ਤਸ਼ਤ ਲਿਆ ਆਫਤਾਬਾ ਪਾਣੀ ਦਾ ਲੈ, ਨੌਕਰ ਰੱਖ ਕੇ ਫਰਮਿੰਦੇ ਚਲਾ ਜਾ। ਇਸ ਬਲਖੀ ਮੋਮਨ ਉੱਠ ਬਈ, ਮੈਂ ਤੇਰੇ ਹੱਥ ਦੁਆਵਾਂ। ਹੱਥ ਬੰਨ ਕੇ ਆਖਣ ਲੱਗਾ, ਮੌਲਾ ਔਕਾਤ ਹੈ ਮੇਰੀ, ਤੁਸੀਂ ਸੈਯਦਾ ਦੇ ਬੇਟੇ, ਮੈਂ ਹਕੀਰ ਗੁਨਾਹਗਾਰ। ਫਰਮਾਇਆ ਮਕਾਮ ਰੁਤਬਾ ਇੱਜ਼ਤ ਇਤਰਾਮ ਆਪਣੀ ਜਗ੍ਹਾ 'ਤੇ, ਮਹਿਮਾਨ ਤਾਂ ਤੂੰ ਹੈ ਨਾ, ਅਸੀਂ ਮਹਿਮਾਨ ਨਿਵਾਜ਼ਾ, ਮੇਰੇ ਨਾਨਾ ਦੀ ਸ਼ਰੀਅਤ ਹੈ ਮਹਿਮਾਨ ਦੀ ਇੱਜ਼ਤ ਕਰੋ। ਉੱਠ ਮੈਂ ਹੱਦਵਾਂ, ਕਦਮਾਂ 'ਤੇ ਹੱਥ ਲਾ ਕੇ ਦੇ ਬਾਦਸ਼ਾਹ, ਅਗਰ ਏਜ਼ਾਜ਼ ਮੈਨ ਦਿਓ ਅੱਜ ਮੈਂ ਜਨਾਬ ਦੇ ਹੱਥ ਦੁਆਵਾਂ, ਅਤੇ ਜਦ ਤੱਕ ਮੈਂ ਜ਼ਿੰਦਾ ਰਹਾਂਗਾ ਇਹ ਮੇਰਾ ਮੈਡਲ ਹੋਏਗਾ, ਮੇਰਾ ਇਨਾਮ ਹੋਏਗਾ। ਮੈਂ ਮਹਿਫਲਾਂ 'ਚ ਬਹਿ ਕੇ ਦੱਸਾਂਗਾ, ਬੰਦਿਆਂ ਮੈਂ ਹਾਂ ਜਿਸ ਹੁਸੈਨ ਦੇ ਪੁੱਤਰ ਦੇ ਹੱਥ ਦੁਆਇਆ, ਉਹ ਮੈਂ। ਕਿਉਂਕਿ ਆਲੇ ਮੁਹੰਮਦ ਆਪਣੇ ਸ਼ੀਆਂ ਨਾਲ ਬੜਾ ਪਿਆਰ ਕਰਦੇ, ਫਰਮਾਉਂਦੇ ਅੱਛਾ ਜੇ ਤੇਰੀ ਖਾਹਿਸ਼ ਹੈ ਤਾਂ ਚੱਲ ਉੱਠ। ਇਹ ਮੁਹੰਮਦ ਆਫਤਾਬਾ ਪਾਣੀ ਦਾ ਚਾਹ ਲਿਆ, ਤੱਲੇ ਤਸ਼ਦੇ ਸੈਯਦਾ ਦੇ ਬੇਟੇ ਇਮਾਮਤ ਵਾਲੇ ਹੱਥ ਅੱਗੇ ਕੀਤੇ, ਲੋਟੇ 'ਚੋਂ ਪਾਣੀ ਨਿਕਲ ਕੇ ਮੇਰੇ ਮੌਲਾ ਦੇ ਨਫੀਸ ਹੱਥਾਂ ਦਾ ਬੋਸਾ ਲੈ ਕੇ ਕਤਰੇ ਕਤਰੇ ਹੋ ਕੇ ਤਸ਼ਤੀ ਚੜ੍ਹਾਉਣਾ ਸ਼ੁਰੂ ਕੀਤਾ। ਪਹਿਲਾਂ ਪਾਣੀ ਪਾਇਆ ਅਤੇ ਕਤਰੇ ਬਣ ਕੇ ਤੱਲੇ ਡੱਠੇ, ਅਤੇ ਇਮਾਮ ਫਰਮਾਉਂਦੇ ਹਾਂ ਬਲਖੀ ਇਹ ਕੀ ਪੇ ਡਿੱਗਦਾ, ਅਲੇ ਜੀ ਪਾਣੀ ਦੇ ਕਤਰੇ। ਇਮਾਮ ਫਰਮਾਉਂਦੇ ਨਹੀਂ, ਯਕੂਤ ਅਲ ਹਮਰਾ ਸੁਰਖ ਮੋਤੀ ਨੇ, ਅਦੇ ਮੈਂ ਪਾਇਆ ਅਤੇ ਪਾਣੀ ਦੇ ਕਤਰੇ ਆਣ। ਸਜਾਦ ਮੌਲਾ ਫਰਮਾਇਆ ਅਤੇ ਉਹ ਵਾਕਈ ਸੁਰਖ ਮੋਤੀ ਬਣ ਚੁੱਕਿਆ। ਫਿਰ ਪਾਣੀ ਪਾ, ਫਿਰ ਪਾਣੀ, ਹੁਣ ਜੀ ਪਾਣੀ ਫਰਮਾ ਨਹੀਂ ਜ਼ਮੁਰਦ ਨੇ, ਹੁਣ ਪਾਣੀ ਪਾ ਜੀ ਮੌਲਾ ਫਰਮਾ, ਹੁਣ ਵੇਖ ਹੀਰੇ ਜੋ ਹਰਾਤ ਜੋ ਜੋ ਸਜਾਦਾ ਦੇ ਗਏ ਨੇ ਪਾਣੀ ਮੋਤੀਆਂ 'ਚ ਬਦਲ ਦੇ ਗਏ, ਥਾਲ ਭਰੀ ਗਿਆ। ਇਮਾਮ ਫਰਮਾਉਂਦੇ ਨੇ ਕੱਪੜਾ ਹੈ ਹੀ ਕੋਈ, ਬੰਦਾ ਨਿਆਜ਼ ਦੇਵੇ ਅਤੇ ਬੰਦੇ ਕੱਪੜਾ ਲੈਣ ਨਹੀਂ ਜਾਂਦੇ, ਅਕੀਦਤਮੰਦ ਝੋਲੀ ਅੱਗੇ ਕਰਦੇ, ਅਤੇ ਜੇ ਦੇਣ ਵਾਲਾ ਹੀ ਨਿਆਜ਼ ਸਜਾਦ ਹੋਵੇ ਤਾਂ ਅੱਲਾਹ ਤੁਹਾਡੇ ਹੱਥ ਸਲਾਮਤ। ਬਹੁਤ ਸ਼ੁਕਰੀਆ ਬਾਈ, ਇਸ ਦਾ ਮਨ ਅੱਗੇ ਕੀਤਾ ਯਾਰ। ਇਮਾਮ ਨੇ ਪੂਰਾ ਤਸ਼ਤ ਮੋਤੀਆਂ ਹੀਰੇ ਜਵਾਹਰਾਤ ਦਾ ਭਰਿਆ, ਇਸਦੀ ਝੋਲੀ ਚੋਂ ਡੇਲ ਦਿੱਤਾ। ਮੌਲਾ ਮੈਂ ਤਾਂ ਯਕੀਨ ਅੱਗੇ ਵੀ ਰੱਖਣਾ ਆਈ ਅਤੇ ਬੜਾ ਮੋਇਜ਼ਾ ਵਿਖਾਇਆ ਨੇ, ਅਤੇ ਇਹ ਮੋਤੀ ਕਿਸ ਦਿਨ ਫਰਮਾ ਅਮਾਨਤ, ਮੌਲਾ ਕਿਸ ਨੂੰ ਦੇਣੇ ਨੇ ਫਰਮਾ, ਬਲਖ ਜਾਈ ਨਾ ਉੱਥੇ ਦੇਣੇ। ਮੌਲਾ ਘਰ ਦਾ ਨਾ ਪਤਾ, ਫਰਮਾ ਤੇਰੇ ਘਰ ਹੀ ਰਹਿੰਦੇ। ਮੌਲਾ ਮੈਂ ਸਮਝਿਆ ਨਹੀਂ, ਫਰਮਾ ਆਪਣੀ ਜ਼ੌਜਾ ਨੂੰ ਦਈ, ਤੈਨੂੰ ਮੇਰਾ ਸਲਾਮ ਦੇ ਕੇ ਆਖੀ, ਸ਼ਰੀਫ ਸ਼ਰੀਫਾਂ ਦੇ ਗਿਲੇ ਨਹੀਂ ਕਰਦੇ। ਫਰਮਾਉਂਦੇ ਅਕਸਰ ਵਤਨ 'ਤੇ ਬਹਿ ਕੇ ਮੇਰੇ ਗਿਲੇ ਕਰਦੀ ਹੈ,
ਆਦੀ ਇਹੀ ਨਾ ਲੈਣ ਦੀ ਜਾਚ ਦੇਣ ਦਾ ਪਤਾ ਹੀ ਕੋਈ ਨਹੀਂ। ਹੁਣ ਆਖੀ ਮੇਰੇ ਪੀਰ ਦਿੱਤੇ ਇਮਾਮ ਮੁਬੀਨ ਦਾ ਮਿਸਦਾਕ ਬਲ ਕਿੱਥੇ ਮਦੀਨਾ ਕਿੱਥੇ। ਇਹ ਮੋਤੀਆਂ ਦੀ ਤਸ਼ਤ ਝੋਲੀ ਲੈ ਕੇ ਬਲਖ ਪਹੁੰਚਿਆ, ਦਰਵਾਜ਼ੇ 'ਤੇ ਦਸਤਕ ਦਿੱਤੀ, ਮੋਮਨਾ ਜ਼ੌਜਾ ਦਰਵਾਜ਼ਾ ਖੋਲਿਆ। ਅਜੇ ਸਾਹਿਬ ਇਮਾਮ 'ਤੇ ਨਹੀਂ ਦਰਵਾਜ਼ਾ ਖੋਲਿਆ, ਇਸ ਮੋਮਨ ਮੱਥੇ 'ਤੇ ਹੱਥ ਰੱਖ ਕੇ ਸਲੂਟ ਕੀਤਾ, ਸਲਾਮ ਹੈ ਭਾਈ ਤੇਰੀ ਰੁਤਬੇ ਨੂੰ। ਹੋ ਸਕਿਆ ਖੈਰ ਹੋਵੇ, ਆਉਂਦੇ ਹੀ ਅਜੀਤ ਦੀਆਂ ਇਸਤਾਂ 'ਤੇ ਇਤਨੇ ਸਲਾਮ। ਹੋ ਸਕਿਆ ਮੈਂ ਹੈਰਾਨ ਹਾਂ ਤੇਰੇ ਮੁਕਦਰਾਂ 'ਤੇ, ਮੈਂ ਤੁਰ ਤੁਰ ਕੇ ਇਮਾਮ ਨੂੰ ਰਾਜ਼ੀ ਕੀਤਾ, ਤੂੰ ਗਿਲਾ ਕਰਕੇ ਸਜਾਦ ਨੂੰ ਰਾਹ, ਤੂੰ ਗਿਲੇ ਕਰਕੇ ਰਾਜ਼ੀ ਕਰ। ਕਿਤਨੇ ਅਜ਼ੀਮ ਨੇ ਮੇਰੇ ਬਾਤ 'ਚ, ਕੀ ਮਤਲਬ। ਹੋ ਸਕਿਆ ਨੇਤਾ ਦੀਆਂ ਇਹਨਾਂ ਨੂੰ ਲੈਣ ਦੀ ਜਾਚ, ਇਹ ਵੇਖ ਤੇਰੇ ਵਾਸਤੇ ਇਮਾਮ ਭੇਜੇ ਹੈ, ਇਹ ਸਾਰੇ ਮੇਰੇ ਵਾਸਤੇ। ਹੋ ਸਕਿਆ ਹਾਂ, ਕਿਸ ਭੇਜੇ ਨਹੀਂ ਮੇਰੇ ਮੌਲਾ ਸਜਾਦ। ਅਧੀ ਇੱਕ ਮਿੰਟ ਖਲੋ, ਮੈਂ ਚੈੱਕ ਕਰਾਵਾਂ ਅਸਲ ਹੈ ਜਾਂ ਨਕਲ ਹੈ। ਹੋ ਸਕਿਆ ਪਹਿਲੇ ਤੂੰ ਸੱਲੀ ਕਰ ਲੈ, ਫਿਰ ਕਲਮਾ ਪੜ੍ਹੀ, ਕਲਮਾ ਪੜ੍ਹ ਕੇ ਸ਼ੱਕ ਨਾ ਕਰੀ। ਹਾਂ, ਇੱਕ ਮੋਤੀ ਇੱਕ ਹੀਰਾ ਲੈ ਕੇ ਬਾਜ਼ਾਰ ਜੌਹਰੀ ਕੋਲ ਗਈ ਹੈ, ਕਸਵੱਟੀ 'ਤੇ ਰੱਖ ਕੇ ਵੇਖ ਓਰੀਜਨਲ ਹੈ ਜਾਂ ਕਾਪੀ ਹੈ। ਜੌਹਰੀ ਦਾ ਸਰ ਦਾ ਪਸੀਨਾ ਪੈਰਾਂ 'ਚ ਨਿਕਲ ਰਿਹਾ। ਹੋ ਸਕਿਆ ਮੇਰਾ ਕਾਰੋਬਾਰ ਹੈ, ਮੇਰਾ ਫੀਲਡ ਹੈ, ਅੱਜ ਤੱਕ ਇਤਨਾ ਕੀਮਤੀ ਔਰ ਅਸਲੀ ਹੀਰਾ ਮੈਂ ਨਹੀਂ ਵੇਖਿਆ। ਵੇਚਣਾ ਚਾਹੀਂ ਤਾਂ ਮੇਰੇ ਕੋਲ ਕੀਮਤ ਵੀ ਕੋਈ ਨਹੀਂ, ਇਸ ਨੂੰ ਕੌਣ ਖਰੀਦੇਗਾ, ਔਰ ਮੈਨੂੰ ਲੱਗਦਾ ਇਸ ਦੁਨੀਆਂ ਦਾ ਹੈ ਹੀ ਨਹੀਂ। ਤੁਹਾਡੀ ਮਿਹਰਬਾਨੀ, ਬਸ ਮੈਂ ਬਿਆਨ ਮੁਕਾ ਲਿਆ, ਅਧੀ ਵੇਚਣ ਵੀ ਨਹੀਂ ਹੈ, ਵਾਪਸ ਕਰ। ਲੈ ਕੇ ਟੁਰਦੇ ਹੀ ਆਈ ਘਰ, ਸ਼ੌਹਰ ਦੇ ਕਦਮਾਂ 'ਤੇ ਹੱਥ ਰੱਖ ਕੇ, ਅਧੀ ਤੂੰ ਵੀ ਸੱਚਾ ਹੈ ਅਤੇ ਉਹ ਬਾਦਸ਼ਾਹ ਬੜਾ ਸੱਚਾ ਹੈ, ਬਸ ਮੈਂ ਆਪਣੀ ਬਸ਼ਰੀ ਜ਼ੇਨ ਦੀ ਤਸੱਲੀ ਵਾਸਤੇ ਗਈ ਹਾਂ, ਮੈਂ ਚੈੱਕ ਕਰ ਆਈ ਹਾਂ। ਫੈਸਲਾ ਹੋ ਸਕਿਆ ਮੈਂ ਕਲਮਾ ਪੜ੍ਹਨਾ ਚਾਹੁੰਦੀ ਹਾਂ, ਤੇਰੇ ਇਮਾਮ 'ਤੇ ਈਮਾਨ ਲਿਆਉਣਾ ਚਾਹੁੰਦੀ ਹਾਂ। ਵਜ੍ਹਾ ਹੋ ਸਕਿਆ ਜਿਹੜਾ ਦੁਨੀਆ 'ਤੇ ਰਹਿ ਕੇ ਜੰਨਤ ਦੇ ਮੋਤੀ ਮੰਗਾ ਸਕਦਾ, ਕੋਈ ਪਿਆਰ ਕਰੇ ਸਜਾਦ ਜੰਨਤ ਦੇ ਵੀ ਸਕਦਾ। ਮਿਹਰਬਾਨੀ ਮਿਹਰਬਾਨੀ, ਅੱਲਾ ਤੁਹਾਡੀ ਜ਼ਿੰਦਗੀ ਦਾ ਰਾਜ਼ ਬਹੁਤ ਸ਼ੁਕਰ। ਇਮਾਨ ਲੈ ਆਈ, ਮੇਰੇ ਇਮਾਮ ਦੀ ਇਮਾਮਤ ਤੋਂ ਵਿਲਾਇਤ ਦਾ ਇਕਰਾਰ ਕੀਤਾ। ਉਸ ਕਹਿੰਦੇ ਹੁਣ ਜਦੋਂ ਜਾਣਾ ਹੀ ਮੈਂ ਤੇਰੇ ਨਾਲ ਜਾ ਸੀ। ਮੋਮਨ ਬੜਾ ਖੁਸ਼ ਹੈ, ਚਲੋ ਸ਼ੁਕਰ ਹੈ ਮੇਰੇ ਘਰ ਵਾਲੀ ਵੀ ਮੋਮਨਾ। ਫਿਰ ਫਜ਼ਾਇਲ ਪੜ੍ਹਦਾ ਰਿਹਾ, ਤਿਆਰੀ ਸ਼ੁਰੂ ਕੀਤੀ ਬਲਖ ਤੋਂ ਮਦੀਨੇ ਤੱਕ, ਹਰ ਹਰ ਕਦਮ 'ਤੇ ਇਮਾਮ ਦਾ ਇਹ ਵਾਕਿਆ, ਮੇਰੇ ਇਮਾਮ ਦਾ ਇਹ ਫਰਮਾਨ, ਮੇਰੇ ਇਮਾਮ ਦੀ ਇਹ ਫਜ਼ੀਲਤ, ਟੁਰਦਾ ਅਤੇ ਸਗਵਾਂ ਮੁਹੰਮਦ ਲੱਗਦਾ, ਮੇਰੇ ਇਮਾਮ ਦਾ ਇਹ ਮੌਜਾ, ਰਸਤੇ ਸਾਰੇ ਫਜ਼ਾਇਲ ਸਜਾਦ ਸੁਣਾਂ ਦਾ ਸੁਣਾ, ਮਦੀਨੇ ਤੋਂ ਇੱਕ ਮੰਜ਼ਲ ਪਹਿਲੇ। ਹੋ ਸਕੇ ਥੋੜ੍ਹਾ ਆਰਾਮ ਕਰਨੇ ਆ, ਫਰੈਸ਼ ਹੋਣੇ ਆ, ਅਗਲਾ ਫਿਰ ਸਲਾਮ ਮੌਲਾ ਸਜਾਦ ਕੋ। ਖੈਮਾ ਲਾਇਆ, ਅਦੇ ਬੈਠੇ ਗੱਲਾਂ ਪੇ ਕਰਨੇ ਆ, ਮੇਰੀ ਬੀਵੀ ਬਿਮਾਰ ਹੋਈ, ਅਚਾਨਕ ਹੀ ਤਬੀਅਤ ਖਰਾਬ ਹੋਈ, ਮਰਜ਼ਤ ਬਿਮਾਰ ਹੋਈ, ਅਦੇ ਆਨਨ ਫਾਨਨ ਮੇਰੇ ਵੇਦਿਆਂ ਹੱਥ ਤਲੀਆਂ ਮਲਦਿਆਂ ਮਲਦਿਆਂ ਮਰਜ਼ਤ ਬਿਮਾਰ ਹੋਈਏ, ਮਾਂ ਤੱਤ ਮਰ ਗਈ। ਅਦੇ ਮੈਂ ਅਚਾਨਕ ਇਤਨੀ ਜਲਦੀ ਕਰੀਬ ਤੋਂ ਮੌਤ ਅੱਜ ਵੇਖੀ, ਇਹ ਹੁਣੇ ਬਿਲਕੁਲ ਠੀਕ ਆਈ, ਅਤੇ ਹਸਰਤ ਬੜੀ ਹੈ ਸੱਜਾਦ ਦਾ ਸਲਾਮ ਕਰਾਂ, ਯਕਾ ਯਕ ਮੌਤ ਹੋ ਗਈ। ਬੀਵੀ ਦਾ ਮੈਯਤ ਲਿਟਾਇਆ, ਸੁੱਤੇ ਚਾਦਰ ਦਿੱਤੀ, ਖੇਮੇ ਦਾ ਪਰਦਾ ਥੱਲੇ ਸੱਟ ਕੇ ਬੰਨਿਆ ਸੀ। ਅਦੇ ਇਤਨੀ ਜਲਦੀ ਮੌਤ ਹੋ ਸਕਦੀ ਕਦੀ ਸੋਚਿਆ ਵੀ ਨਹੀਂ, ਚਲੋ ਇਹ ਤਾਂ ਟੁਰ ਗਈ।
ਇਹ ਅਚਾਨਕ ਮੇਰਾ ਵੀ ਇੰਨੇ ਵੀਜ਼ਾ ਨਾ ਲੱਗ ਜਾਏ, ਇਹ ਮਦੀਨੇ ਪਹਿਲੇ ਸੱਜਾਦ ਦਾ ਸਲਾਮ ਨਾ ਕਰਾਵਾਂ ਮੈਂ। ਬਿਆਨ ਮੈਂ ਮੁਕਾ ਲਿਆ, ਜਲਦੀ ਦੇ ਨਾਲ ਬਾਰਗਾਹ ਇਮਾਮ ਵਿੱਚ ਪਹੁੰਚਿਆ। ਦਿਲ ਦਾ ਆਈਨਾ ਚਿਹਰਾ ਹੈ, ਦਿਲ ਖੁਸ਼ ਹੈ ਚਿਹਰਾ ਖੁਸ਼ ਹੈ, ਦਿਲ ਪਰੇਸ਼ਾਨ ਹੈ ਚਿਹਰਾ ਪਰੇਸ਼ਾਨ ਹੈ। ਬੰਦੇ ਦੀ ਨਾਰਾਜ਼ਗੀ ਦਾ ਪਤਾ, ਖੁਸ਼ੀ ਦਾ ਪਤਾ ਚਿਹਰੇ ਤੋਂ ਲੱਗਦਾ, ਚਿਹਰੇ ਵੱਲ ਵੇਖ ਕੇ ਪਤਾ ਲੱਗਦਾ ਹੈ ਇਹ ਰਾਜ਼ੀ ਹੈ ਜਾਂ ਨਾਰਾਜ਼ ਹੈ। ਮੈਂ ਇੱਕ ਜੁਮਲਾ ਅੱਖਾਂ ਗੁੱਲਣ ਹੇ ਲਾ ਲੇ, ਸਾਰੀ ਜ਼ਿੰਦਗੀ ਬਾਤਾਂ ਕਰ 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 ਕਰਕੇ ਚਾਹੁੰਦੇ ਨਾ ਅੱਲਾ ਰਾਜ਼ੀ ਹੋਵੇ, ਜੇ ਵੇਖਣਾ ਹੀ ਨਾ ਅੱਲਾ ਰਾਜ਼ੀ ਹੈ ਜਾਂ ਨਾਰਾਜ਼ ਹੈ, ਅੱਲਾ ਦਾ ਚਿਹਰਾ ਵੇਖਿਆ ਕਰ, ਵਜਹੁੱਲਾ ਰਾਜ਼ੀ ਹੈ ਯਾਰ। ਮਿਲ ਕੇ ਸਾਰੇ ਹੈਦਰੀਆ ਯਾਰ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇਹ ਅਦੇ ਮੈਂ ਇਮਾਮ ਦੀ ਬਾਰਗਾਹ 'ਚ ਪਹੁੰਚਿਆ, ਕਦਮਾਂ 'ਤੇ ਹੱਥ ਲੈਣ ਡਿੱਗਦੇ ਨੂੰ ਜ਼ੈਨੁਲ ਆਬਦੀਨ ਚਾਹ ਕੇ ਸੀਨੇ ਨਾਲ ਲਾਇਆ, ਥੋੜ੍ਹੇ ਜਿਹੇ ਪਿੱਛੇ ਹਟਾ ਕੇ ਚਿਹਰਾ ਵੇਖ ਕੇ, ਦਿਨ ਤੂੰ ਪਰੇਸ਼ਾਨ ਹੈ? ਨਹੀਂ ਮੌਲਾ, ਪਰ ਮੈਂ ਦਿਨ ਪਰੇਸ਼ਾਨ ਹੈ। ਬਸ ਮੌਲਾ ਪਰੇਸ਼ਾਨੀਆਂ ਦੂਰ ਹੋ ਗਈਆਂ, ਤੁਹਾਡੀ ਕਦਮਬੋਸੀ ਹੋ ਗਈ। ਫਰਮਾਇਦਨ ਮੇਰੇ ਵੱਲ ਵੇਖਣਾ, ਮੈਂ ਆਖ ਰਿਹਾ ਮੈਂ ਸੱਜਾਦ ਪਿਆ ਨਾ ਤੂੰ ਪਰੇਸ਼ਾਨ। ਹੋ ਸਕੇ ਜੀ ਮੌਲਾ ਫਿਰ ਤੁਸੀਂ ਜਾਣੀ ਜਾਣੋ, ਤੁਹਾਡੇ ਕੋਲ ਕੌਣ ਲੁਕਾਵੇ? ਬਾਦਸ਼ਾਹ ਜੀ ਦੇ ਵਾਸਤੇ ਤੁਸੀਂ ਤੋਹਫੇ ਭੇਜੇ ਹਨ ਨਾ? ਹਾਂ, ਇਮਾਨ ਲਿਆ ਚੁੱਕੀ ਆਈ। ਅੱਛਾ, ਮੌਲਾ ਬੜੀ ਅਕੀਦਤ ਨਾਲ ਤੁਹਾਡੇ ਸ਼ੌਕੇ ਜ਼ਿਆਰਤ ਵਾਸਤੇ ਟੁਰੀ, ਰਸਤੇ ਸਫ਼ਰ ਕਰਦੀ ਕਰਦੀ ਬੜੀ ਮੁਤਮੈਨਈ ਅਤੇ ਬੜੀ ਤਜੱਸੇ ਸਿਚਾਈ, ਅੱਜ ਇਮਾਮ ਸੱਜਾਦ ਦਾ ਸਲਾਮ ਆਉਣਾ। ਬਸ ਇੱਕ ਮੰਜ਼ਿਲ ਪਹਿਲੇ ਮਦੀਨੇ ਪਹੁੰਚਿਆ ਬੈਠੇ ਹਾਂ ਅਤੇ ਉਹ ਬਿਮਾਰ ਹੋਈਏ। ਅੱਛਾ, ਮੌਲਾ ਸਿਰਫ ਬਿਮਾਰ ਨਹੀਂ ਹੋ, ਮਾਂ ਤੱਤ ਮਰ ਗਈ, ਇਹਦੇ ਮੂੰਹ 'ਚ ਨਿਕਲੇ ਮਰ ਗਈ। ਹੁਸੈਨ ਦਾ ਪੁੱਤਰ ਫਰਮਾਉਂਦੇ ਨੇ ਮਾਂ ਤੱਤ ਨਹੀਂ ਮੋਈ, ਤੇਰੇ ਹੱਥ ਸਲਾਮਤ ਬਈ, ਤੇਰੇ ਮਾਂ ਤੱਤ ਸੁਖੇ ਮੌਲਾ ਜ਼ਿੰਦਗੀ ਹੋਵੇ। ਮੌਲਾ ਉੱਥੇ ਮਰ ਗਈ, ਫਰਮਾਉਂਦੇ ਨੇ ਮੈਂ ਸੱਜਾਦ ਪਿਆ ਦਾ ਨਹੀਂ ਮੋਈ। ਮੌਲਾ ਤੁਸੀਂ ਸੈਯਦਾ ਦੇ ਬੇਟੇ ਹੋ, ਰਸੂਲ ਅੱਲਾ ਦੇ ਫਰਜ਼ੰਦ ਹੋ, ਹੁਸੈਨ ਦੀ ਪੱਗ ਦੇ ਵਾਰਸ ਹੋ, ਇਮਾਮ ਮੁਬੀਨ ਦੇ ਮਿਸਦਾਕ ਹੋ, ਮੈਂ ਬਸ਼ਰ ਹਾਂ, ਮੈਂ ਔਲਾਦ ਆਦਮ ਹਾਂ, ਮੇਰਾ ਜ਼ਿਹਨ ਇਤਨਾ, ਮੈਂ ਤਸੱਲੀਆਂ ਕਰਕੇ ਆਇਆ, ਨਬਜ਼ਾ ਖਤਮ, ਵਾਕਈ ਮਰ ਗਈ। ਫਿਰ ਮੈਂ ਨਹੀਂ, ਜਾ ਤੇਰਾ ਇੰਤਜ਼ਾਰ ਵੀ ਕਰਦੀ, ਜਾਂ ਚਲਾ ਜਾ ਉਸਨੂੰ ਲੈ ਕੇ ਆ। ਇਹ ਕਿੱਥੇ ਲਿਖਿਆ ਮੈਂ ਸੱਜਾਦ ਦੀ ਜ਼ਿਆਰਤ 'ਤੇ ਆਵੇ ਅਤੇ ਰਸਤੇ 'ਚ ਮਰ ਜਾਏ? ਜਾਵੇ ਆਦਾ ਇਮਾਮਤ ਦੇ ਲਹਿਜੇ ਦਾ ਮੈਂ ਬਾਤ ਸੁਣ ਕੇ ਦੌੜਿਆ ਵਾਪਸ। ਅਦੇ ਮੈਂ ਗਿਆ ਖੈਮੇ ਦਾ ਪਰਦਾ ਹਟਾਇਆ ਅਤੇ ਮੈਂ ਆਮ ਹੈਰਾਨ ਪਰੇਸ਼ਾਨ, ਅੰਗੁਸ਼ਤ ਪੇ ਦੰਦਾ ਹਾਂ ਕਿ ਮੈਂ ਵੇਖਿਆ ਮੇਰੀ ਬੀਵੀ ਉੱਠ ਕੇ ਬੈਠੀ ਆਈ, ਤਸਬੀ ਪੜ੍ਹ ਰਹੀ ਆ। ਅਦੇ ਮੈਂ ਮੁੰਡਾ ਹਿਲਾਇਆ, ਤੂੰ ਮਰ ਗਈ ਆ, ਮੈਂ ਜ਼ਿੰਦਾ ਹੋ ਸਕਿਆ ਜ਼ਿੰਦਾ, ਤੂੰ ਠੀਕ ਹੀ ਹੋ ਸਕਿਆ ਠੀਕ ਆ, ਅਤੇ ਤੂੰ ਕਿੱਥੇ ਟੁਰ ਗਿਆ ਮੈਨੂੰ ਛੋੜ ਕੇ? ਅਦੇ ਤੂੰ ਤਾਂ ਮਰ ਗਈ ਹੈ, ਅਦੀ ਵਾਕਿਆ ਨੂੰ ਮੈਂ ਮਰ ਗਈ ਆਈ। ਬਸ ਕਿਸੇ ਹਸਤੀ ਮੇਰੀ ਜ਼ਿੰਦਗੀ ਵਾਪਸ ਕੀਤੀ ਹੈ, ਹੋ ਸਕਿਆ ਹਾਂ ਕੋਈ ਹਸਤੀ ਆਈ, ਨੂਰਾਨੀ ਚਿਹਰਾ ਆਈ, ਉਹ ਮੇਰੀ ਜ਼ਿੰਦਗੀ ਵਾਪਸ ਕਰ ਗਿਆ, ਮੇਰੀ ਰੂਹ ਵਾਪਸ ਕਰ ਗਿਆ। ਅਦੇ ਉੱਠ ਉੱਠ ਉੱਠ, ਫਿਰ ਨਾ ਆ ਜਾਈ, ਉੱਠ ਉੱਠ ਜਲਦੀ ਕਰ। ਬੀਵੀ ਨੂੰ ਨਾਲ ਲੈ ਕੇ ਟੁਰਿਆ, ਇੱਕ ਇੱਕ ਕਦਮ 'ਤੇ ਉਹਦਾ ਤਜੱਸਸ ਵੱਧ ਰਿਹਾ, ਦਹਿਲੀਜ਼ ਸੱਜਾਦ ਕਰਾਸ ਕੀਤੀ ਹੈ, ਕੰਨ ਪਿੱਛੇ ਬੀਵੀ ਆਈ, ਸਾਹਮਣੇ ਬਲਖੀ ਮੁਹੰਮਦ ਆਈ, ਚਿਹਰਾ ਇਮਾਮਤ 'ਤੇ ਪਈ ਹੈ ਨਿਗਾਹ, ਫਰਤੇ ਜਜ਼ਬਾਤ 'ਤੇ ਕਾਬੂ ਨਹੀਂ ਕਰ ਸਕਿਆ, ਸੱਜੇ ਹੱਥ ਨਾਲ ਇਸ਼ਾਰਾ ਕਰਕੇ ਆ, ਐ ਨਹੀਂ ਮੇਰਾ ਪੀਰ ਸੱਜਾਦ ਬੈਠਾ ਹੀ,
ਗੌਰ ਨਾਲ ਚਿਹਰੇ ਸਜਾਦ ਵੇਖ ਕੇ ਸ਼ੌਹਰ ਦਾ ਹੱਥ ਪਕੜ ਕੇ ਆਦੀ ਵੱਲਜ਼ੀ ਨਫਸੀ ਬਿਯਦਹੀ, ਮੈਨੂੰ ਜ਼ਾਤ ਦੀ ਕਸਮ ਜੀ, ਜ਼ਾਤ ਦੇ ਕਬਜ਼ੇ ਕੁਦਰਤ ਵਿੱਚ ਮੇਰੀ ਜਾਨ ਹੈ, ਹਾਜ਼ਲ ਫਤਾ, ਇਹੋ ਜਵਾਬ ਨੇ, ਅਖਜ਼ਤ ਰੂਹੀ ਪੇ ਜਦਲ ਮਲਕਲ ਮੌਤ, ਮਲਕਲ ਮੌਤ ਦੇ ਹੱਥ ਵਿੱਚ ਰੂਹ ਖਸ ਕੇ, ਅਦਖਲ ਫੀ ਜਸਦੀ, ਮੇਰੇ ਜਿਸਮ ਵਿੱਚ ਵਾਪਸ ਲੁਟਾ ਕੇ, ਇਹੋ ਜਵਾਨ ਮਲਕਲ ਮੌਤ ਨੂੰ ਝਿਣਕ ਦੇਖ ਲੈਂਦਾ, ਤੂੰ ਨਹੀਂ ਜਾਣਦਾ ਮੈਂ ਸੱਜਾ ਦੀ ਜ਼ਿੰਦਗੀ ਵਧਾ ਛੋੜੀ, ਤੇਰੀ ਔਕਾਤ ਮਿਲ ਕੇ ਸਾਰੇ ਤਾਈ ਕਰੋ ਹੈ ਦਰੀਆ ਅੱਲਾਹ ਹਾਜ਼ਲ ਫਤਾ। ਇਹੋ ਜਵਾਨ ਨੇ ਜਿਸ ਮਲਕਲ ਮੌਤ ਨੂੰ ਝਿਣਕ ਦਿੱਤੀ, ਝਿਣਕ ਦੇ ਕੇ ਆਖ ਰਿਹਾ ਤੂੰ ਨਹੀਂ ਜਾਣਦਾ ਮੈਂ ਸੱਜਾ ਇਸ ਦੀ ਜ਼ਿੰਦਗੀ ਵਧਾ ਛੋ। ਆਵੇ ਮੇਰੀ ਜ਼ਿਆਰਤ 'ਤੇ ਤੂੰ ਰਸਤੇ 'ਚ ਰੂਹ ਕਿਵੇਂ ਕਬਜ਼ ਕਰ ਸਕਦਾ, ਜਿਹੜਾ ਇਤਨਾ ਸਾਹਿਬ ਕੁਦਰਤ ਓ ਕਮਾਲਾਤ ਆਈ ਕਲਮਾ ਪੜ੍ਹਨ ਵਾਲਿਆਂ ਸੱਜਾਦ ਨੂੰ ਬੜਾ ਮਾਣ ਹੈ। ਕੱਲ ਪੰਜੀ ਮੁਹਰਮ ਇਸੇ ਇਮਾਮ ਦੀ ਸ਼ਹਾਦਤ, ਇਹ ਮੇਰਾ ਰਤ ਰੋਣ ਵਾਲਾ ਇਮਾਮ, ਕੁਝ ਮੰਜ਼ਰ ਐਸੇ ਸੱਜਾਦ ਵੇਖੇ ਨੇ ਅੱਖਾਂ ਨਾਲ, ਗੈਰਤੁੱਲਾਹ ਦਾ ਜਿਗਰ ਫਿਸ ਗਿਆ, ਜਿਗਰ ਦਾ ਖੂਨ ਅੱਖਾਂ ਵਾਲੇ ਰਸਤੇ ਬਾਹਰ ਆ ਗਿਆ। ਸ਼ਹਾਦਤ ਆਖਰੀ ਜ਼ਾਕਰ ਪੜੇਗਾ, ਉਸੇ ਦਾ ਹੱਕ ਬਣਦਾ, ਲੇਕਿਨ ਬੜਾ ਇਮਤਿਹਾਨ ਹੈ ਉਸ ਜ਼ਾਕਰ ਦਾ ਜਿਹੜਾ ਆਖਰ ਅਤੇ ਸੱਜਾਦ ਦੀ ਸ਼ਹਾਦਤ ਪੜੇ, ਕਿੱਥੋਂ ਸ਼ੁਰੂ ਕਰੇਗਾ ਕਿੱਥੇ ਖਤਮ ਕਰੇਗਾ। ਕਰਬਲਾ ਦੇ ਸ਼ਹਾਦਾ ਦੀ ਸ਼ਹਾਦਤ ਪੜ੍ਹਨੀ ਸੌਖੀ ਹੈ, ਪੀਰ ਰਬਾਨੀ ਸ਼ਾਹ ਮੇਰੇ ਤੋਂ ਪਹਿਲੇ ਸਰਕਾਰ ਵਫਾ ਦੀ ਪੜ੍ਹੀ, ਤਿਆਰੀ ਦਾ ਜੁਮਲਾ, ਖੈਮੇ ਤੋਂ ਵਿਦਾ, ਮੈਦਾਨ ਜੰਗ ਗੁਰਦਲਖ ਹੈ, ਤੀਰ ਲੱਗੇ, ਬਰਛੀ ਲੱਗੀ ਹੈ, ਸ਼ਹਾਦਤ ਹੋ ਗਈ। ਹਰ ਸ਼ਹੀਦ ਦੀ ਸ਼ਹਾਦਤ ਸੌਖੀ ਹੈ, ਵਹਿ ਦਰਦਾਂ ਦਾ ਕੁਰਾਨ ਸਜਾ ਦੇ ਜਿਹਦੀ ਸ਼ਹਾਦਤ ਬੜੀ ਹੋ। ਇਮਤਿਹਾਨ ਹੈ ਜ਼ਾਕਰ ਦਾ ਕਿੱਥੋਂ ਸ਼ੁਰੂ ਕਰੇ, ਕਿਉਂਕਿ ਵਾਹਿਦ ਸ਼ਹੀਦ ਏ ਹੁਸੈਨ ਦਾ ਪੁੱਤਰ ਜਿਹਦੀ ਮਕਤਲ ਇੱਕ ਨਹੀਂ, ਜਿਹੜਾ 36 ਸ਼ਹਿਰਾਂ ਦਾ ਮਕਤੂਲ ਏ, ਜਿਹੜਾ ਹਰ ਗਲੀ 'ਚ ਕਤਲ ਹੋਇਆ, ਹਰ ਮੋੜ 'ਤੇ ਸਿਬਾ ਹੋਇਆ, ਹਰ ਬਾਜ਼ਾਰ ਹੀ ਸਜਾਦ ਦੀ ਸ਼ਹਾਦਤ। ਕੋਈ ਵੀ ਨਹੀਂ ਤੱਕ ਮੁਕੰਮਲ ਪੜੇਗਾ, ਇੱਕ ਹਿੱਸਾ ਮੈਂ ਛੋਟਾ ਜਿਹਾ ਵਾਕਿਆ, ਇੱਕ ਆਂਸੂ ਆਵੇ ਮੇਰੇ ਬਾਦਸ਼ਾਹ ਦੀ ਬਾਰਗਾਹ ਚਲਾ ਜਾਏ, ਸ਼ਲਾ ਵਕੀਅਤੁੱਲਾ ਉਸਨੂੰ ਕਬੂਲ ਕਰ ਲੈਣ। ਬੜੀ ਹਿਫਾਜ਼ਤ ਕਰੋ ਆਪਣੀ ਅੱਖਾਂ ਦੀ ਯਾਰ, ਤੂੰ ਬੜਾ ਅਜ਼ੀਮ ਉਲ ਮਰਤਬਤ ਹੈ, ਤੇਰੀਆਂ ਅੱਖਾਂ 'ਚ ਕਿਸੇ ਵੱਡੀ ਹਸਤੀ ਦੀ ਅਮਾਨਤ ਹੈ, ਅਜ਼ਾਦਾਰ ਆਪਣੇ ਆਪ ਨੂੰ ਸਮਝ। ਇਸ ਮੇਰੇ ਇਮਾਮ ਦੇ ਦੁੱਖਾਂ ਦੀ ਇਬਤਦਾ ਕਦਣ ਹੋਈ ਹੈ, ਜਿਸ ਵੇਲੇ 27 ਰਜਬ ਦਰਬਾਰੇ ਵਲੀ 'ਚੋਂ ਵਾਪਸ ਆਏ ਨੇ ਨਾ, ਮਗਰਬੈਨ ਪੜ੍ਹ ਕੇ ਬਾਦਸ਼ਾਹ ਹੁਸੈਨ ਅਲੈਹਿ ਸਲਾਮ ਗਏ ਨੇ, ਤਕਰੀਬਨ 3-3.5 ਘੰਟੇ ਦੀ ਕਾਰਵਾਈ ਹੈ ਦਰਬਾਰੇ ਵਲੀ ਦੀ 'ਚ, ਵਾਪਸ ਆਏ ਨੇ ਅਤੇ ਰਾਤ ਤਕਰੀਬਨ ਅੱਧ ਤੋਂ ਢਲ ਚੁੱਕੀ। ਜਿਸ ਵੇਲੇ ਵਾਪਸ ਬਨੂ ਹਾਸ਼ਮ ਆਏ ਨੇ, ਬਤੂਲ ਦੀਆਂ ਕੋਈ ਧੀ ਕੋਈ ਨੂੰ ਬੈਠੀ ਨਹੀਂ, ਖਲੋਤੀ ਆਈ। ਮੇਰੀ ਸੈਨ ਫਰਮੇ ਦੇ ਨਮਾ ਫਿਜ਼ਾ ਮੈਨੂੰ ਚਰਾਗ ਦੇ, ਆਲੀਆ ਸੈਨ ਚਰਾਗ ਲੈ ਕੇ ਇੱਕ ਇੱਕ ਵਿਰਾ ਦਾ ਚਿਹਰਾ ਗੌਰ ਨਾਲ ਵੇਖਿਆ, ਲੱਥੇ ਚਿਹਰੇ ਵੇਖ ਕੇ ਆਦੀਏ ਅੰਮਾ ਫਿਜ਼ਾ ਤਿਆਰੀ ਕਰੋ ਉਜੜਨ ਦੇ ਮੌਸਮ ਆ। ਕੁਰਸੀ ਲੱਗੀ,
ਵਿਹੜੇ 'ਚ ਮਜ਼ਲੂਮ ਕਰਬਲਾ ਕੁਰਸੀ 'ਤੇ ਬੈਠ ਕੇ ਖੁਤਬਾ ਦਿੱਤਾ, ਸਾਰੇ ਖਾਨਦਾਨ ਆਲੇ ਮੁਹੰਮਦ ਨੂੰ ਬਿਠਾ ਕੇ ਫਰਮਾਇਆ ਮੈਨੂੰ ਬੁਲਾਇਆ ਨੇ, ਬਿਆਨ ਦਾ ਮੁਤਾਲਬਾ ਕੀਤੇ ਨੇ, ਮੈਂ ਦੋ ਟੋਕ ਫੈਸਲਾ ਕਰ ਰਿਹਾ, ਮਿਸਲੀ ਲਾ ਯੋ ਬਾਈ ਯੋ ਮਿਸਲਾ, ਮੁਝ ਜੈਸਾ ਉਸ ਜੈਸੇ ਕਿ ਕਭੀ ਬੈਤ ਨਹੀਂ ਕਰੇ। ਮੈਂ ਇਰਾਦਾ ਕਰ ਚੁੱਕਾ ਨਾਨੇ ਦੀ ਦੀਨ ਦੀ ਬਕਾ ਵਾਸਤੇ, ਮੈਂ ਮਦੀਨਾ ਛੋੜੂ ਹਾਂ, ਕੌਣ ਕੌਣ ਮੇਰੇ ਨਾਲ ਤੁਰੋਗੇ ਦੀਨ ਦੀ ਬਕਾ ਵਾਸਤੇ। ਭਰੇ ਵਿਹੜੇ 'ਚ ਗੁੱਲਨ ਖੇਲ ਆ ਲਿਆ ਜੀ, ਸਭ ਤੋਂ ਪਹਿਲੇ ਉੱਠ ਕੇ ਆਖਿਆ ਨਾ ਕੋਈ ਤੁਰੀ ਨਾ ਤੁਰੀ ਮੈਂ ਤਿਆਰ ਹਾਂ, ਉਹ ਤੇਰਾ ਮੇਰਾ ਪੀਰ ਸੱਜਾਦ ਹੈ। ਸਭ ਤੋਂ ਪਹਿਲੇ ਵੱਡਾ ਪੁੱਤਰ ਹੁਸੈਨ ਦਾ, ਔਖੇ ਵੇਲੇ ਪੁੱਤਰ ਬਾਹਰ ਵੰਡਾਉਣ ਨਾ ਅਤੇ ਪੀਵਾਂ ਦੇ ਹੌਸਲੇ ਬਹੁਤ ਜੀ ਵੱਧਦੇ। ਉੱਠ ਕੇ ਹੁਸੈਨ ਸੱਜਾਦ ਨੂੰ ਸੀਨੇ ਨਾਲ ਆਇਆ, ਭਾਈ 23 ਸਾਲਾਂ ਦਾ ਕੜੀਅਲ ਜਵਾਨ ਪੁੱਤਰ, ਮੱਥਾ ਚੁੰਮ ਕੇ ਫਰਮਾਉਂਦੇ ਨੇ ਸੱਜਾਦ ਇਹੀ ਹੱਕ ਹੈ ਜਿਹੜਾ ਅਦਾ ਕੀਤੇ। ਪੁੱਤਰ ਦਾ ਹੱਥ ਪਕੜ ਕੇ ਕੋਲ ਬਿਠਾ ਲੈਣ, ਫਰਮਾਉਂਦੇ ਨੇ ਅਹਿਮ ਅਮੂਰ 'ਤੇ ਵੱਡੇ ਪੁੱਤਰਾਂ ਨਾਲ ਪਿਓ ਸਲਾਹਾਂ ਕਰਦੇ ਨੇ, ਸੱਜਾਦ ਤੇਰੇ ਨਾਲ ਮਸ਼ਵਰਾ ਕਰਨਾ, ਜਿਸ ਪਾਸੇ ਮੈਂ ਜਾ ਰਿਹਾ ਜੋ ਦੋ ਜਿਹਾਦ ਨੇ, ਇੱਕ ਜਿਹਾਦ ਅਸਕਰ ਹੈ, ਇੱਕ ਜਿਹਾਦ ਅਕਬਰ ਹੈ, ਬੇਟਾ ਤੂੰ ਕਿਹੜਾ ਜਿਹਾਦ ਕਰੇਗਾ। ਫਰਮਾਇਆ ਬਾਬਾ ਪੁੱਛਣ ਵਾਲੀ ਗੱਲ ਹੈ, ਵੱਡੇ ਪੁੱਤਰ ਵੱਡੇ ਬਾਹਰ ਜਾਂਦੇ ਨੇ, ਪੁੱਤਰ ਹਾਂ ਵੱਡਾ ਪੱਗ ਦਾ ਵਾਰਸ ਹਾਂ, ਬਾਬਾ ਮੈਂ ਜਿਹਾਦ ਅਕਬਰ ਕਰਾਂਗਾ। ਪੁੱਤਰ ਦੀ ਦਾੜੀ ਤਲੇ ਹੱਥ ਰੱਖ ਕੇ ਹੈ ਸੱਜਾਦ, ਫਰਮੇ ਬਾਬਾ ਪੁੱਤਰ ਨਾ ਤੇਰਾ ਅਤੇ ਮੈਂ ਹੁਸੈਨ ਦਾ ਪੁੱਤਰ ਹਨ, ਮੈਂ ਵੱਡਾ ਜਿਹਾਦ ਕਰਾਂਗਾ। ਫਰਮਾਇਆ ਠੀਕ ਹੈ ਬੇਟਾ, ਲੇਕਿਨ ਬਾਬਾ ਇਹ ਗੱਲ ਪੁੱਛਣੀ ਹੈ। ਹਾਂ ਸੱਜਾਦ ਪੁੱਛ। ਬਾਬਾ ਇਹ ਛੋਟਾ ਜਿਹਾਦ ਕਿਹੜਾ ਅਤੇ ਵੱਡਾ ਜਿਹਾਦ ਕਿਹੜਾ ਹੈ, ਜਿੱਥੋਂ ਸੱਜਾਦ ਦੇ ਦੁੱਖਾਂ ਦੀ ਸ਼ੁਰੂਆਤ ਹੋ ਰਹੀ ਹੈ। ਇਮਾਮ ਵਿਹੜੇ 'ਚ ਬੈਠੇ ਨੇ ਮਦੀਨੇ, ਫਰਮਾਉਂਦੇ ਨੇ ਛੋਟਾ ਜਿਹਾਦ ਹੈ, ਘਰ ਤੋਂ ਦੂਰ, ਵਤਨ ਤੋਂ ਦੂਰ, ਜੰਗਲ ਵੀ ਅਬਾਨ, ਗਰਮੀ ਦਾ ਮੌਸਮ, 3 ਦਿਨ ਦੇ ਭੁੱਖੇ ਅਤੇ ਤਸੇ, ਤੀਰਾਂ ਦੇ ਜ਼ਖਮ, ਤਲਵਾਰਾਂ ਦੇ, ਨੇਜ਼ਿਆਂ ਦੇ, ਪੁੱਤਰਾਂ ਭੇਰਾਵਾਂ ਦੇ ਜ਼ਖਮ, ਜਿਸਮ ਨਾਲੋਂ ਜਿਗਰ ਜ਼ਿਆਦਾ ਜ਼ਖਮੀ ਹੋਵੇ, ਭੱਜਦੇ ਘੋੜੇ ਤੋਂ ਬਿਨ ਬਾਜ਼ੂਆਂ ਦੇ ਮੂੰਹ ਦੇ ਬਾਹਰ ਲਹਿ ਜਾਣਾ, 3 ਦਿਨ ਲਾਸ਼ਾਂ ਧੁੱਪੇ ਪਈਆਂ ਰਹਿਣਾ, ਨਾ ਕਿਸੇ ਦਫਨਾਉਣਾ ਨਾ ਕਫਨਾਉਣਾ, ਰੋਣ ਵਾਲੀਆਂ ਹੋਣਾ, ਰੋਣ ਕਿਸੇ ਨਾ ਦੇਣਾ, ਇਹਦਾ ਨਾਂ ਹੀ ਜਿਹਾਦ ਏ ਅਸਗਰ। ਇੱਥੇ ਜਿਗਰ 'ਤੇ ਹੱਥ ਰੱਖਿਆ ਤਾਂ ਬਾਬਾ ਛੋਟੇ ਅਤੇ ਵੱਡਾ ਜਿਹਾਦ ਕਿਹੜਾ? ਫਰਮਾ ਸੱਜਾਦ ਵੱਡਾ ਜਿਹਾਦ ਏ ਬਦਮਾਸ਼ਾਂ ਦੀ ਭੀੜ ਹੋਵੇ, ਮਾਵਾਂ ਦੇ ਵਾਲ ਖੁੱਲ੍ਹੇ ਆਉਣ, ਬਹਿਣਾਂ ਦੇ ਬੁਰਕੇ ਲੱਥੇ ਆਉਣ, ਸ਼ਰਾਬੀ ਸ਼ਰਾਬ ਪੀਣ, ਮਰਹਬਾ ਮਰਹਬਾ ਮਰਹਬਾ, ਹਰਾਮਜ਼ਾਦੇ ਨੱਚਦੇ ਆਉਣ ਪਏ, ਰਾਹ ਨਾ ਲੱਭਦਾ ਹੋਵੇ, ਢੋਲ ਤਬਲ ਪੇ ਵੱਜਦੇ ਆਉਣ, ਫੁੱਫੀਆਂ ਮਾਵਾਂ ਕੈਦ ਆਉਣ, ਵਾਲ ਖੁੱਲ੍ਹੇ ਆਉਣ, ਅਤੇ ਉਹਨਾਂ ਸ਼ਰਾਬੀਆਂ ਦੀਆਂ ਮਿੰਨਤਾਂ ਕਰ ਕਰਕੇ ਆਉਣਾ, ਥੋੜ੍ਹਾ ਜਿਹਾ ਰਸਤਾ ਦਿਓ ਮੇਰੇ ਨਾਲ ਜ਼ਹਰਾ ਆਜ਼ਾਦੀਆਂ ਨੇ। ਅਤੇ ਜੁਮਲਾ ਅਗਲੇ ਫਰਮਾਉਂਦੇ ਨੇ, ਵਸ ਲੱਗਦਿਆਂ ਸਾਹਿਬੇ ਕੁਦਰਤ ਹੁੰਦਿਆਂ, ਇਕਤਦਾਰ ਰੱਖਦਿਆਂ, ਇਖਤਿਆਰ ਰੱਖਦਿਆਂ, ਫਿਰ ਉਹਨਾਂ ਦੀਆਂ ਬੇਹਯਾਈਆਂ ਬਰਦਾਸ਼ਤ ਕਰਕੇ ਚੁੱਪ ਕਰਕੇ ਲੰਘ ਜਾਣਾ, ਇਹਦਾ ਨਾਂ ਹੀ ਜਿਹਾਦ ਅਕਬਰ। ਇੱਥੇ ਹੱਥ ਰੱਖ ਕੇ ਦਿਨ ਬਾਬਾ ਫਿਰ ਮੈਂ ਨਿਭਾ ਲੈ ਸਾਂ। ਇਹੀ ਵਜ੍ਹਾ ਫਿਰ 28 ਰਜਬ ਤੋਂ ਲੈ ਕੇ 10 ਮੁਹਰਮ ਤੱਕ ਹੁਸੈਨ ਦਾ ਪੁੱਤਰ ਚੁੱਪ। ਜਾਣਦੇ ਨੇ ਮੇਰਾ ਜਿਹਾਦ ਅੱਗੇ, ਹਾਂ 10 ਮੁਹਰਮ ਉਸ ਵੇਲੇ ਬੋਲੇ ਨੇ, ਇਸ ਵੇਲੇ ਸ਼ਬੀ ਮੁਸਤਫਾ ਦੀ ਤਿਆਰੀ ਹੋਈ ਹੈ ਨਾ, ਅਤੇ ਅਲੀ ਅਕਬਰ ਦਾ ਔਖਾ ਵਿਦਾ ਅਤੇ ਖੈਮੇ 'ਚ ਬਾਹਰ ਨਿਕਲਿਆ, 5ਵੇਂ ਕਦਮ 'ਤੇ ਅਲੀ ਅਕਬਰ ਦਾ ਘੋੜਾ ਗਿਆ ਅਤੇ ਫਿਜ਼ਾ ਦੀ ਇਹ ਰੋਕਣਾ ਕੋਈ ਨਹੀਂ, ਵਾਅਦਾ ਕੀਤੇ ਅੱਲਾ ਦੇ ਹਵਾਲੇ, 1 ਮਿੰਟ ਰੁਕ ਮੈਂ ਖੈਮੇ ਦਾ ਲੜ ਹਟਾਨੀ ਹਾਂ, ਜ਼ਰਾ ਮੁੜ ਕੇ ਵੇਖ। ਇੱਥੇ ਅਲੀ ਅਕਬਰ ਇੰਜ ਮੁੜ ਕੇ ਵੇਖਿਆ ਅਤੇ ਮੇਰਾ ਸੱਜਾਦ ਇਮਾਮ ਹੈ, 2 ਸੋਟੀਆਂ ਦੀ ਟੇਕ ਹੈ,
ਤੇ ਰੋ ਰੋ ਕੇ ਪਿਆ, ਫਿਰਾ ਨੂੰ ਗਰੀਬ ਸਮਝ ਕੇ ਨਾ ਮਿਲ ਗਿਆ। ਉਹ ਮੈਂ ਸਦਕੇ ਆਵਾਂ, ਫਿਰ 11 ਮੁਹਰਮ ਕਰਬਲਾ ਤੋਂ ਕਾਫਲਾ ਟੁਰਿਆ, ਫੁੱਫੀਆਂ ਦੇ ਹੱਥਾਂ 'ਚ ਜ਼ੇਵਰ ਵੇਦਾ ਰਿਹਾ, ਰੱਸੀਆਂ ਵੇਦਾ ਰਿਹਾ, ਕਦੀ ਇਸ ਬਾਜ਼ਾਰ ਕਦੀ ਉਸ ਬਾਜ਼ਾਰ, ਫਿਰ ਸੱਜਾਦ ਦੀਆਂ ਅੱਖਾਂ ਦੇ ਸਾਹਮਣੇ ਪੂਰ ਮੁੱਕਦਾ ਰਿਹਾ, ਬੱਚੇ ਜਣਦੇ ਰਹੇ। ਇਹ ਸੱਜਾਦ ਦਾ ਹੌਸਲਾ ਹੈ, ਸਭ ਕੁਛ ਅੱਖਾਂ ਦੇ ਸਾਹਮਣੇ ਬਰਦਾਸ਼ਤ ਕਰਦਾ ਰਿਹਾ, ਮਰਦ ਹੋਵੇ ਨਾ ਅਤੇ ਕੈਦ ਹੋ ਜਾਏ ਅਤੇ ਖੈਰ ਮਰਦਾਂ ਦੀ ਨਿਭ ਜਾਂਦੀ। ਅੱਲਾ ਨਾ ਕਰੇ ਬੰਦਾ ਆਪ ਕੈਦੀ ਹੋਵੇ ਅਤੇ ਨਾਲ ਭੈਣ ਕੈਦ ਹੋਵੇ, ਅੱਲਾ ਨਾ ਕਰੇ ਨਾਲ ਮਾਂ ਕੈਦ ਹੋਵੇ। ਇਹ ਇਮਾਮ ਦਾ ਹੌਸਲਾ ਹੈ, ਨਹੀਂ ਕਿਸੇ ਬਸ਼ਰ ਦਾ ਹੌਸਲਾ ਇਤਨਾ। ਰੱਤ ਕਿੱਥੇ ਰੁਨੇ, ਬਾਜ਼ਾਰ ਮੁੱਕ ਗਿਆ ਅਤੇ ਖਲੋਤੇ ਸੱਜਾਦ ਫੁੱਫੀਆਂ ਮਾਵਾਂ ਦਾ ਕਾਫਲਾ ਲੈ ਕੇ, ਤੀਸਰੇ ਦਿਨ ਸੱਜਾਦ ਦੇ ਹੱਥਾਂ 'ਤੇ ਇੱਕ ਰੁੱਖਾ ਆਇਆ, 15 ਬਾਂਗਾ ਸੁਣ ਬੈਠੇ, ਸੱਜਾਦ ਦੇ ਹੱਥਾਂ 'ਤੇ ਇੱਕ ਰੁੱਖਾ ਆਇਆ, ਰੁੱਕੇ ਨੂੰ ਵੇਖ ਕੇ ਸੱਜਾਦ ਦੀ ਰੱਤ ਵੱਧ ਪਈ। ਫਰਮਾਇਆ ਮਾਂ ਮਰ ਜਾਈ, ਏਡਾ ਡਾਡਾ ਰੋਣੇ ਅਤੇ ਰੱਤ ਰੋਣ ਲੱਗ ਪਏ, ਸੱਜਾਦ ਕੀ ਪੜਿਆ ਜੀ? ਮੇਰਾ ਪੁੱਤਰ ਮੈਨੂੰ ਦੱਸਣਾ, ਬਾਬਾ ਵੀ ਮੈਂ ਹਾਂ, ਤੇਰੀ ਮਾਂ ਵੀ ਮੈਂ ਹਾਂ, ਨਾ ਸਾਰੀਆਂ ਦਿਲ 'ਚ ਰੱਖਿਆ ਕਰ। ਸੱਜਾਦ ਤੂੰ ਇੱਕ ਹੀ ਜਿਸ ਨੂੰ ਮੈਂ ਸਭ ਕੁਛ ਲੁਟਾ ਕੇ ਬਚਾਇਆ, ਮੈਂ ਪੁੱਤਰ ਕੁਹਾਇਆ ਨੇ ਸਿਰਫ ਤੇਰੀ ਜ਼ਿੰਦਗੀ ਦੀ ਖਾਤਰ, ਮੈਨੂੰ ਦੱਸਣਾ ਕਿ ਲਿਖੇ ਰੁਕੇ ਅਤੇ ਕਿਉਂ ਰੁਨਾ? ਪਰ ਮੈਂ ਉਸ ਕੁੱਤੇ ਲਿਖਿਆ ਮਾਂ ਨੂੰ ਟੋਰ ਕੇ ਲਿਆ ਬਾਜ਼ਾਰ, ਪੁੱਤਰ ਦੇ ਮੋਢੇ 'ਤੇ ਹੱਥ ਰੱਖਿਆ, ਦੀ ਰਾਤ ਨਾ ਰੋ, ਟੁਰਨਾ ਮੈਂ, ਰੋਂਦਾ ਤੂੰ ਹੈ। ਮੁਹਾਫਜ਼ਾ ਇਮਾਮਤ ਅਲੀ ਦੀ ਧੀ, ਹੁਜਤ ਖੁਦਾ ਨੂੰ ਤਸਲੀਆਂ ਦੇਣ ਵਾਲੀ, ਜ਼ੈਨ ਅਬ ਬਾਬਾ ਕੀ ਜ਼ੀਨਤ। ਫਰਮਾਇਆ ਮੈਂ ਟੁਰ ਲਾਂਗੀ ਸੱਜਾਦ, ਮੈਂ ਟੁਰ ਲੋਗੇ। ਫਰਮਾਇਆ ਤੁਹਾਡੇ ਪਿਓ ਪੁੱਤਰਾਂ ਦਾ ਦੀਨ ਬਚ ਜੇ, ਮੈਂ ਟੁਰ ਲਾਂਗੀ। ਇਹ ਸੱਜਾਦ ਦਾ ਹੌਸਲਾ ਹੈ। ਫਿਰ ਕੁੱਤਾ ਹਰਾਮਜ਼ਾਦਾ ਤਖਤਾਂ 'ਤੇ ਬੈਠੇ ਹੈ, 900 ਕੁਰਸੀ ਬੇਗੈਰਤਾਂ ਦੀ ਲੱਗੀ ਹੈ, ਸ਼ਰਾਬੀ ਸ਼ਰਾਬ ਪੇ ਪੀਂਦੇ ਨੇ ਅਤੇ ਨਜਸ ਹਰਾਮੀ ਜ਼ੁਬਾਨ ਨਾਲ ਪਿਆ ਪੁੱਛਦਾ, ਕਿੱਥੇ ਖਲੋਤੀ ਆਉਣ ਦੀ ਮਾਂ? ਇਹ ਸਾਰੇ ਮੰਜ਼ਰ ਸੱਜਾਦ ਅੱਖਾਂ ਨਾਲ ਵੇਖ ਲਓ। ਫਿਰ ਆਵਾਂ ਖੂਹ ਵਿੱਚ ਸੱਟਿਆ ਨਾ ਯੂਸਫ ਅਲੈਹਿ ਸਲਾਮ ਨੂੰ, ਤਖ਼ਤ 'ਤੇ ਆ ਗਏ, ਫਿਰਾ ਗੱਲਾਂ ਮੰਗਣ ਆ ਗਏ। ਲੰਬਾ ਵਾਕਿਆ, ਬੁਰਕਾ ਰੱਖਦੇ ਹਨ, ਚਿਹਰੇ 'ਤੇ ਨਿਕਾਬ ਰੱਖਣੇ, ਜਨਾਬ ਯੂਸਫ ਅਲੈਹਿ ਸਲਾਮ ਪਹਿਚਾਣ ਲਿਆ ਮੇਰੇ ਫਿਰਾ ਨੇ ਜਿਹਨਾਂ ਮੇਰੇ 'ਤੇ ਜ਼ੁਲਮ ਕੀਤਾ। ਫਰਮਾਇਆ ਆਮ ਨਹੀਂ, ਨੌਕਰ ਨੂੰ ਬੁਲਾ ਕੇ ਦੇਣ, ਮੇਰੇ ਸੱਕੇ ਫਿਰਾ ਜੀ, ਇਹਨਾਂ ਦੀ ਬੜੀ ਖਿਦਮਤ ਕਰੋ, ਅਲੈਦਾ ਮਹਿਮਾਨ ਖਾਨਾ ਤਿਆਰ ਕਰਾਓ, ਦਸਤਰਖਾਨ ਉੱਥੇ ਲਓ, ਇਹਨਾਂ ਨੂੰ ਉੱਥੇ ਬਿਠਾਓ। ਮੁਸੱਵਰ ਬੁਲਾਇਆ, ਫਰਮਾਇਆ ਆ ਤੂੰ ਕੋਈ ਤਸਵੀਰਾਂ ਬਣਾ, ਇਹ ਸਾਹਮਣੀ ਦੀਵਾਰ 'ਤੇ ਤਸਵੀਰਾਂ ਲਾ ਦੇ, ਖੂਹ ਦਾ ਕਿਨਾਰਾ ਹੋਵੇ, ਇੱਕ ਮੇਰਾ ਅਕਸ ਬਣਾ, ਇੱਕ ਉਹਨਾਂ ਦਾ ਬਣਾ, ਉਹ ਮੈਨੂੰ ਮਾਰ ਰਹੇ ਹੋਣ, ਮੈਂ ਹੱਥ ਬਣ ਰਿਹਾ ਹਾਂ, ਫਿਰ ਉਹ ਮੇਰਾ ਕੁੜਤਾ ਉਤਾਰ ਰਹੇ ਹੋਣ, ਫਿਰ ਉਹ ਮੈਨੂੰ ਸੱਟ ਰਹੇ ਹੋ, 3-4 ਤਸਵੀਰਾਂ ਇੱਥੇ ਲਾ ਦੇ, ਅੱਗੇ ਪਰਦਾ ਸੱਟ ਦੇ, ਇੱਥੇ ਦਸਤਰਖਾਨ, ਇੱਥੇ ਵਿਰਾ ਬੈਠਾ ਦੇ, ਇੱਥੇ ਜਨਾਬ ਯੂਸਫ ਕੁਰਸੀ 'ਤੇ ਬੈਠ ਕੇ ਖਾਣਾ ਸ਼ੁਰੂ ਹੋਣ ਲੱਗਾ ਅਤੇ ਨੌਕਰ ਨੂੰ ਫਰਮਾਇਆ ਪਰਦਾ ਹਟਾ ਦੇ। ਕੈਦ ਦਾ ਜ਼ਮਾਨਾ ਹੀ, ਉਹਨਾਂ ਲੁਕਮਾ ਤਰੋੜਿਆ, ਐਨ ਕੀਤਾ, ਸਾਹਮਣੇ ਦੀਵਾਰ 'ਤੇ ਤਸਵੀਰ ਨਜ਼ਰ ਆਈ, ਛਵੀ ਨਜ਼ਰ ਆਈ, ਉੱਥੇ ਲੁਕਮਾ ਹੱਥੋਂ ਡਿੱਗ ਪਿਆ। ਯਹੂਦਾ ਉੱਠ ਗਿਆ, ਦਾ ਬਾਦਸ਼ਾਹ ਇਹ ਨਾਲ ਵਾਲਾ ਕਮਰਾ ਤੁਹਾਡਾ? ਫਰਮਾਇਆ ਮੇਰਾ। ਖਾਣਾ ਉੱਥੇ ਲੈ ਜਾਈਏ? ਫਰਮਾਇਆ ਨਹੀਂ।
ਇੱਥੇ ਕੀ ਉਹਨਾਂ ਖਜੀਆਂ ਤਸਵੀਰਾਂ ਨੇ ਅਤੇ ਫਰਮੇ ਤਾਂ ਬੇਜ਼ੁਬਾਨ ਨੇ ਅਦਾ ਜਦ ਤੱਕ ਸਾਹਮਣੇ ਰਹਿਣ ਨਾ ਕਰਤੂਤ ਯਾਦ ਆ ਰਹੇ ਫਰਮੇ ਨਹੀਂ ਇੱਥੇ ਰਹਿਣਾ ਬੜੇ ਪਰੇਸ਼ਾਨ ਹੋ ਕੇ ਅਖੀਰ ਉਹਨਾਂ ਦੇ ਗਲੇ 'ਚ ਤਕੀਅਤਨ ਖੁਦ ਨਾਪ ਤੋਲ ਵਾਲਾ ਪੈਮਾਨਾ ਰੱਖ ਦਿੱਤਾ ਬਿਨਯਾਮੀਨ ਨੂੰ ਰੋਕ ਲਿਆ ਸੱਕਾ ਫੇਰਾ ਆਈ ਬਾਕੀ ਤੁਰ ਗਏ ਰੋ ਰਹੇ ਬਿਨਯਾਮੀਨ ਕਰੀਬ ਆ ਕਹਿ ਦੇਣ ਮੈਂ ਤਹਿਕੀਕ ਕੀਤੀ ਇਹ ਨੌਕਰ ਦੀ ਗਲਤੀ ਹੈ ਤੂੰ ਠੀਕ ਹੈ ਤੇਰੇ ਫਿਰਾਂ ਨੂੰ ਅਗਲੀ ਮੰਜ਼ਿਲ 'ਤੇ ਰੋਕ ਲਿਆ ਦੋ ਬੋਰੀਆਂ ਗੱਲੇ ਦੇ ਤਿੰਨ ਫਾਲਤੂ ਦਿੱਤੇ ਨੇ ਤੂੰ ਚਲਾ ਜਾ ਤੂੰ ਉਹਨਾਂ ਨਾਲ ਮਿਲ ਜਾ ਬਾਦਸ਼ਾਹ ਬਹੁਤ ਸ਼ੁਕਰੀਆ ਮੈਂ ਚਲਾ ਜਾ ਫਰ ਮੈਂ ਦੋ ਤਰੇ ਗੱਲਾਂ ਕਰਨੀਆਂ ਨੇ ਕਿੱਥੋਂ ਦੇ ਨਾਲ ਹੈ ਜੀ ਕਿਨਾਨ ਦਾ ਤੁਹਾਡੇ ਬਾਬਾ ਦਾ ਕੀ ਨਾਂ ਹੈ ਜੀ ਯਾਕੂਬ ਅਲੈਹਿਸ ਸਲਾਮ ਤੁਹਾਡਾ ਕੋਈ ਫਿਰਾ ਵੀ ਆਈ ਜੀ ਕਿ ਯੂਸਫ ਆਈ ਫਰ ਮੈਂ ਨਾਰਾਜ਼ ਤਾਂ ਨਹੀਂ ਹੋਏਗਾ ਇੱਕ ਗੱਲ ਆਖਰੀ ਪੁੱਛਾਂ ਜੀ ਪੁੱਛੋ ਫਰ ਮੈਂ ਤੁਹਾਡੀ ਕੋਈ ਭੈਣ ਵੀ ਹੈ ਇੰਜ ਬਿਨਯਾਮੀਨ ਵੇਖਿਆ ਦੀਵਾਰ ਨਾਲ ਤਲਵਾਰ ਲਟਕੀ ਹੈ ਦੌੜਿਆ ਬਿਨਯਾਮੀਨ ਤਲਵਾਰ ਬੇਨਿਆਮ ਕਰਕੇ ਸਕਾ ਖਬਰਦਾਰ ਬਾਦਸ਼ਾਹ ਕਤਲ ਕਰਦੇ ਮੈਨੂੰ ਲੇਕਿਨ ਮੈਂ ਨਹੀਂ ਬਰਦਾਸ਼ਤ ਨਹੀਂ ਕਰਾਂਗਾ ਤੇਰੀ ਕਿਹੜੀ ਜ਼ਰੂਰਤ ਹੈ ਤੂੰ ਮੇਰੀ ਭੈਣ ਦਾ ਨਾਂ ਪੁੱਛਿਆ ਮੈਂ ਮਾਫ਼ ਨਹੀਂ ਕਰਾਂਗਾ ਹੁਣ ਕਰੀਬ ਬਾਈ ਗੈਰਤ ਤੂੰ ਮਰ ਜਾਂਦਾ ਜਨਾਬ ਯੂਸਫ ਚਿਹਰੇ ਦਾ ਨਕਾਬ ਹਟਾਇਆ ਫਰਮਾਇਆ ਨਾ ਮਰ ਜਾਈ ਉਹ ਤੇਰੀ ਨਹੀਂ ਉਹ ਮੇਰੀ ਵੀ ਭੈਣ ਨਹੀਂ ਉਹ ਮੈਂ ਤੁਹਾਡਾ ਨਿਖੜਿਆ ਯੂਸਫ ਹਾਂ ਮੈਂ ਕਰੋੜ ਬਿਨਯਾਮੀਨ ਇਕੱਠਾ ਕਰਾਂ ਉਹ ਸੱਜਾ ਤੇਰਾ ਹੌਸਲਾ ਨਹੀਂ ਬਣਦਾ ਕੁੱਤਾ ਸ਼ਰਾਬੀ ਪੁੱਛਦਾ ਪਿਆ ਕਿੱਥੇ ਖਲੋਤੀ ਹੈ ਆਉਣ ਦੀ ਮਾਂ ਇਹ ਹੌਸਲਾ ਸਿਰਫ ਸੱਜਾ ਦਾ ਮੈਂ ਸਦਕੇ ਆਵਾਂ ਮੈਂ ਸਦਕੇ ਆਵਾਂ ਮੇਰਾ ਕੜੀਆਂ ਦਾ ਮੌਲਾ ਉਹ ਮੇਰਾ ਦੁੱਖਾਂ ਦਾ ਸੁਲਤਾਨ ਮੌਲਾ ਫਿਰ ਸਾਲ ਦੀ ਕੈਦ ਉਹ ਮੈਂ ਸਦਕੇ ਹੋ ਪਵਾਂ ਫਿਰ ਰਿਹਾਈ ਹੋਈ ਆ ਕੇ ਨਾ ਵਾਪਸ ਚਲੋ ਇੱਕ ਜੁਮਲਾ ਮੈਂ ਹੋਰ ਆਖਾਂ ਪਰ ਮੈਂ ਅੰਮਾ ਰਿਹਾਈ ਹੋ ਗਈ ਹੈ ਸਾਰੀਆਂ ਉਹ ਮੈਂ ਤੁਹਾਡੀਆਂ ਜ਼ੰਜੀਰ ਲਹਾਵਾਂ ਸਾਰੀਆਂ ਆਈਆਂ ਨਹੀਂ ਆਈ ਅਸਗਰ ਦੀ ਮਾਂ ਰਬਾਬ ਖੁਦ ਸੈਯਦ ਸਾਜਿਦੀਨ ਤੁਰਦੇ ਅੰਮਾ ਹੱਥ ਕਰੋ ਨਾ ਮੈਂ ਤੁਹਾਡੀਆਂ ਰੱਸੀਆਂ ਖੋਲ੍ਹਾਂ ਰਿਹਾਈ ਹੋ ਗਈ ਹੱਥ ਮੰਨ ਕੇ ਆਦੀਏ ਬਾਦਸ਼ਾਹ ਮਿਲਣਾ ਤੇ ਜਿੱਥੇ ਲੈ ਜਾਣਾ ਨੇ ਬੱਧੇ ਹੱਥੀ ਲੈ ਜਾਓ ਫਰਮਾਇਆ ਕਿਉਂ ਫਰਮਾਇਆ ਮੈਨੂੰ ਯਕੀਨ ਹੈ ਤੁਸੀਂ ਇੱਥੋਂ ਨਿਕਲ ਕੇ ਜਾਣਾ ਸਿੱਧਾ ਮੁਸਾਫਰਾਂ ਵਾਲੇ ਕਬਰਸਤਾਨ ਉੱਥੇ ਸੁੱਤੀ ਪਈ ਹੈ ਮੇਰੀ ਕੈਦਣ ਧੀ ਯਾ ਮੈਨੂੰ ਧੀ ਦੀ ਕਬਰ 'ਤੇ ਨਾ ਲੈ ਜਾ ਯਾ ਮੇਰੀਆਂ ਕੜੀਆਂ ਨਾ ਲਹਾ ਅੰਮਾ ਕਿਉਂ ਫਰਮਾਇਆ ਧੀ ਪੁੱਛ ਲੈਣਾ ਅੰਮਾ ਤੇਰੀਆਂ 'ਤੇ ਲਹਿ ਗਈਆਂ ਮੇਰੀਆਂ 'ਤੇ ਕਬਰ ਵਿੱਚ ਵੀ ਨਹੀਂ ਮੈਂ ਸਦਕੇ ਆਵਾਂ ਮੈਂ ਸਦਕੇ ਆਵਾਂ ਦੁੱਖਾਂ ਦਾ ਕੁਰਾਨ ਰਿਹਾਈ ਵਾਲੇ ਦਿਨ ਜ਼ਿਆਦਾ ਰੁਣਾ ਚੁੱਖਾ ਰੁਣਾ ਸਜਾਦ ਹਰ ਰਿਹਾਈ ਵਾਲੇ ਦਿਨ ਕੈਦੀ ਖੁਸ਼ ਹੁੰਦਾ ਹੈ ਵਾਹਿਦ ਇਸ ਕਾਇਨਾਤ ਦਾ ਕੈਦੀ ਤੇਰਾ ਮੇਰਾ ਪੀਰ ਸਜਾਦ ਚੋਖਾ ਰੁਣਾ ਹੈ ਮੇਰੀ ਸੈਣ ਪੁੱਤਰ ਦੀ ਦਾੜੀ ਤਲੇ ਹੱਥ ਰੱਖ ਕੇ ਦੀ ਅੱਜ ਤੇ ਨਾ ਰੋ ਨਾ ਕੈਦ ਰਿਹਾਈ ਹੋਈ ਹੈ ਜੀ ਅੰਮਾ ਉਸ ਕੀ ਆਖਿਆ ਫਰਮਾਉਂਦੇ ਟੁਰ ਜਾਓ ਅਤੇ ਫਰਮਾਇਆ ਕੈਦ ਰਿਹਾਈ ਹੋਈ ਹੈ ਵਤਨ 'ਤੇ ਜਾ ਰਿਹਾ ਏਡਾ ਡਾਡਾ ਕਿਉਂ ਰੋਣਾ ਜਿਹੜੇ ਸਜਾਦ ਨੂੰ ਰੋਣ ਆਇਓ ਤ੍ਰੈ ਵਾਰੀ ਹੁਸੈਨ ਦੇ ਮੁਹਾਰੀ ਪੁੱਤਰ ਜ਼ਿੰਦਾਨ ਨਹੀਂ ਸਜੇ ਵੇਖਿਆ ਤ੍ਰੈ ਵਾਰੀ ਖੱਬੇ ਰੱਤ ਰੋ ਕਹਿ ਦਿਨ ਹੁਣ ਕਿਹੜਾ ਫਾਇਦਾ ਰਿਹਾਈ ਦਾ ਉਹ ਤੇ ਮਰ ਗਈ ਹੈ ਨਾ ਕੌਣ ਜਿਹੜੀ ਨਿਤ ਪੁੱਛਦੀ ਆਈ ਸਜਾਦ ਪੱਖੀ ਕਿਨ ਵਹਿੰਦੇ ਅਲਮਾਨ ਮਰਹਬਾ ਅਲਮਾਨ ਮਰਹਬਾ ਇਹ ਫਿਰ ਤ੍ਰੈ ਮਹਮਲਾਂ ਦਾ ਕਾਫਲਾ ਲੈ ਕੇ ਸਜਾਦ ਸ਼ਾਮ 'ਚ ਨਿਕਲੇ ਕੋਸ਼ਿਸ਼ ਕੀਤਾ ਕਰੋ ਖੁਦ ਰੁਨਾ ਕਰੋ
ਖੁਦ ਤਿਆਰੀ ਕਰਕੇ ਆਵੇ ਕਰੋ। ਮੈਂ ਅੱਜ ਰੋਣਾ, ਜ਼ਾਕਰ ਸਬਬ ਪੈਦਾ ਕਰਦਾ, ਜ਼ਾਕਰ ਬਹਾਨਾ। ਬਾਜ਼ੀ ਦਫ਼ਾ ਅਸੀਂ ਵੀ ਰੋਣਾ ਚਾਹੁੰਦੇ ਹਾਂ, ਪਰ ਖੁਦਾ ਐਸੀ ਕੈਫੀਅਤ ਹੋ ਜਾਂਦੀ ਹੈ, ਫਿਰ ਆਪਣੇ ਆਪ ਨੂੰ ਬੜਾ ਕੰਟਰੋਲ ਕਰੀਦਾ। ਜਾਂ ਬੰਦਾ ਬੋਲ ਸਕਦਾ ਜਾਂ ਰੋ ਸਕਦਾ, ਰੋਂਦੇ ਬੰਦੇ ਕੋਲ ਗੱਲ ਨਹੀਂ ਹੁੰਦੀ। ਅਸੀਂ ਫਿਰ ਮਿੰਬਰ 'ਤੇ ਪੜ੍ਹਨਾ ਹੁੰਦਾ, ਦਿਲ ਸਾਡਾ ਵੀ ਦੁੱਖਦੇ ਨੇ, ਮਸਾਇਬ ਪੜ੍ਹ ਕੇ ਸੁਣ ਕੇ ਤੁਹਾਡੇ ਵਾਸਤੇ ਫਿਰ ਜ਼ਬਤ ਕਰੀਦਾ। ਇਹਨਾਂ ਆਂਸੂਆਂ ਨੂੰ ਬਹਾਇਆ ਕਰੋ, ਇਹਨਾਂ ਆਵਾਜ਼ਾਂ ਨੂੰ ਬੁਲੰਦ ਕੀਤਾ ਕਰੋ। ਪਰਦੇ 'ਚ ਬੈਠ ਕੇ ਕੁਝ ਹਸਤੀਆਂ ਤੁਹਾਨੂੰ ਦੁਆ ਕਰਦੀਆਂ, ਬਲਕਿ ਮੇਰੇ ਨਜ਼ਦੀਕ ਅਜ਼ਾਦਾਰ ਹੁੰਦਾ ਹੀ ਉਹ ਜਿਹੜਾ ਬਹਾਨਿਆਂ ਨਾਲ ਅਲੀ ਦੀਆਂ ਧੀਆਂ ਨੂੰ ਰੋ। ਮਸਲਾਂ ਰੋਜ਼ਾ ਰੱਖਿਆ ਨਾ, ਬੜੀ ਡਾਢੀ ਪਿਆਸ ਲੱਗੀ ਹੈ, 2-3 ਮਿੰਟ ਅਫਤਾਰੀ 'ਚ ਰਹਿ ਗਏ ਨੇ, ਅਤੇ ਠੰਡਾ ਪਾਣੀ ਸਾਹਮਣੇ ਰੱਖਿਆ, ਗਲਾਸ ਨੂੰ ਪਕੜਿਆ, ਠੰਡਕ ਮਹਿਸੂਸ ਹੋਈ ਹੈ, ਤੇਰੀਆਂ ਅੱਖਾਂ 'ਚ ਆਂਸੂ ਆ ਜਾਣ। ਘਰ ਵਾਲੇ ਪੁੱਛਣ ਖੈਰ ਹੋਵੇ, ਉਹਨਾਂ ਅੱਖੀਂ ਇੱਕ ਤੱਸਾ ਹੀ ਜਿਹੜਾ 3 ਦਿਨ ਭੁੱਖਾ ਅਤੇ ਤੱਸਾ ਪਿਆਸ ਵੇਖ ਕੇ ਤੈਨੂੰ ਹੁਸੈਨ ਯਾਦ ਆਵੇ ਅਤੇ ਤੂੰ ਅਜ਼ਾਦਾਰ ਹੈ। ਧੀ ਨੂੰ ਦਾਜ ਦਿੰਦਿਆਂ ਤੂੰ ਰੋ ਪਵੇਂ, ਫਿਰ ਤੂੰ ਅਜ਼ਾਦਾਰ ਹੈ। ਪੁੱਤਰ ਦਾ ਸਿਹਰਾ ਬੰਨਦਿਆਂ ਲਾਈ ਲਾਈ ਰੋ ਪਵੇਂ। ਬੰਦੇ ਪੁੱਛਣ ਪੁੱਤਰ ਦਾ ਸਿਹਰਾ ਬੰਨਦਿਆਂ ਕਿਉਂ ਰੋਣਾ, ਉਹਨਾਂ ਦੱਸੀ ਹੁਸੈਨ ਦਾ ਅਕਬਰ ਯਾਦ ਆ। ਬਹਾਨਿਆਂ ਨਾਲ ਰੋਣਾ ਕਰੋ, ਹੁਸੈਨ ਨੂੰ ਤੇਰੇ ਇਰਦ ਗਿਰਦ ਕਰਬਲਾ ਹੈ। ਭੀੜ ਬਾਜ਼ਾਰ ਦੀ ਵੇਖੇ ਤੂੰ ਰੋ ਸਕਦਾ, ਠੰਡਾ ਪਾਣੀ ਵੇਖੇ ਤੂੰ ਰੋ। 63 ਹਿਜਰੀ 'ਚ ਇਹ ਹਰਾਮਜ਼ਾਦਾ ਕੁੱਤਾ, ਖੁਦਾ ਇਸ 'ਤੇ ਲਾਨਤ ਕਰੇ, ਯਜ਼ੀਦ ਪਲੀ, ਉਸ ਦੌਰ ਵਿੱਚ ਵੀ ਹੁਸੈਨ ਦੇ ਸ਼ੀਆਂ ਉਹ ਕਿਵੇਂ ਰੋਂਦੇ ਨੇ, ਹਾਏ ਹੁਸੈਨ ਕਰਕੇ ਨਹੀਂ ਰੋ ਸਕਦੇ। ਨਾਮ ਹੁਸੈਨ ਰੱਖਣਾ ਉਸ ਜ਼ਮਾਨੇ 'ਚ ਕਤਲ ਦੇ ਮੁਤਰਾਦਫ ਆਈ। ਉਸ ਵੇਲੇ ਬੰਦੇ ਕਿਵੇਂ ਰੋਂਦੇ ਹਨ, ਦੁੱਖ ਕਿਸੇ ਦਾ ਵੇਖ ਕੇ ਹੁਸੈਨ ਨੂੰ ਰੋ ਲੈਣਾ, ਫੌਤਗੀ ਕਿਸੇ ਦੀ ਹੈ ਬਹਿ ਕੇ ਹੁਸੈਨ ਨੂੰ ਰੋਣਾ। ਉਸੇ ਜ਼ਮਾਨੇ 'ਚ ਇੱਕ ਮੋਮਨ ਹੈ, ਬੇਸਿਕਲੀ ਜ਼ਿਮੀਦਾਰ ਹੈ, ਇਸਦੀ ਜ਼ਮੀਨ ਹੈ ਜਿਹੜਾ ਸ਼ਾਮ ਤੋਂ ਰਸਤਾ ਕਰਬਲਾ ਰਿਹਾ, ਕਰਬਲਾ ਦੇ ਮੁਜ਼ਾਫਾਤ 'ਚ ਇਸਦੀ ਜ਼ਮੀਨ, ਖੇਤੀਬਾੜੀ ਦਾ ਕੰਮ ਪਿਆ ਕਰਦਾ, ਕਈ ਅਬੇਲਚੇ ਨਾਲ ਕੰਮ ਕਰਦਾ ਕਰਦਾ ਥੱਕ ਕੇ ਕਦ ਸਿੱਧਾ ਕੀਤਾ ਸੀ, ਅੱਜ ਵੇਖਿਆ ਸ਼ਾਮ ਦੇ ਰਸਤੇ ਤੋਂ ਕਾਫਲਾ ਰਿਹਾ, 3 ਮਹਮਲ 2 ਮੁਹਾਰੀ, ਇੱਕ ਦਾ ਕਦ ਛੋਟਾ, ਇੱਕ ਦੀ ਕਮਰ ਝੁਕੀ ਹੈ, 3 ਵੇਖ ਕੇ 53 ਯਾਦ ਕਰਕੇ ਰੋਣ ਲੱਗ ਪਿਆ। ਇਸ ਨੂੰ ਪਤਾ ਇੱਥੇ ਕਰੀਬ ਕਰੀਬ ਕੋਈ ਯਜ਼ੀਦੀ ਮੈਂ ਸੁਣਨ ਨਾ ਲੈਣ, ਜੰਗਲ ਵੀ ਆਬਾਨ ਹੈ, ਆਸਮਾਨ ਅਲਮੋਂ ਕਰਕੇ ਦਾ ਮੇਰਾ ਸਮੀ ਉਨ ਬਸੀਰ ਅੱਲਾ, ਨਿਤ ਮੁਸਾਫਿਰ ਵਤਨਾਂ 'ਤੇ ਵਲਦੇ ਨੇ। ਕਦੀ ਮੈਂ ਵੀ ਸੁਣਸਾਂ ਜ਼ਹਰਾ ਦੀਆਂ ਦਹੀਆਂ ਮੇ ਸ਼ਾਹ ਮੇ ਚੁ ਰਿਹਾ ਹੋ ਕਿਆ, ਇਹਦਾ ਵਹਿਣ ਆਲੀਆ ਦੇ ਮਹਮਲ ਨਾਲ ਟਕਰਾਇਆ। ਫਿਰ ਮੈਂ ਸਜਾਦ ਬੇਟਾ ਕਾਫਲਾ ਰੋਕੋ, ਮੰਜ਼ਲ ਆ ਗਈ ਹੈ। ਅਮਾ ਮੰਜ਼ਲ 2 ਮੀਲ ਲੱਗੇ ਕਰਬਲਾ ਹੈ। ਫਿਰ ਮੈਂ ਸਜਾਦ ਆਈ ਦੇ ਬਾਅਦ ਮੇਰੀ ਉਹੀ ਮੰਜ਼ਲ ਹੀ ਜਿੱਥੇ ਤੇਰੇ ਬਾਬੇ ਦਾ ਕੋਈ ਅਜ਼ਾਦਾਰ ਮਿਲਦਾ, ਇਮਾਮੋ ਬਈ ਨੇ ਜਾਣਦੇ ਨੇ। ਫਿਰ ਮੈਂ ਅੰਮਾ ਇੱਥੇ ਕੌਣ ਅਜ਼ਾਦਾਰ ਹੈ, ਫਿਰ ਮੈਂ ਉਹ ਜਿਹੜਾ ਬੰਦਾ ਖੇਤੀਬਾੜੀ ਕਰਕੇ ਰੋ ਰਿਹਾ ਨਾ, ਆਪਣੇ ਦੁੱਖਾਂ ਨੂੰ ਨਹੀਂ ਮੇਰੀ ਲੁੱਟੀ ਚਾਦਰ ਨੂੰ ਰੋ ਰਿਹਾ। ਸਜਾਦ ਜਿਹੜੇ ਇੰਝ ਰੋਂਦੇ ਨੇ, ਅਸੀਂ ਆਲੇ ਮੁਹੰਮਦ ਨੂੰ ਬੜੇ ਪਿਆਰੇ ਲੱਗਦੇ ਨੇ, ਹੈ ਸਜਾਦ ਮੇਰਾ ਪੁੱਤਰ ਜਾ ਸਕਣਾ ਉਸ ਤੱਕ, ਅੰਮਾ ਮੈਂ ਜਾਨ ਕੁਰਬਾਨ ਕਰਦੇ ਹਾਂ, ਮੇਰਾ ਪੁੱਤਰ ਤੂੰ ਥੱਕਿਆ ਬੜਾ, ਤੂੰ ਜ਼ਖਮੀ ਵੀ ਬੜਾ, ਅਗਰ ਹੋ ਸਕੇ ਤਾਂ ਜਾਨ ਉਹਨੂੰ ਬੁਲਾ, ਇੱਥੇ ਮੇਰੇ ਮਹਮਲ ਦੇ ਕਰੀਬ ਲਿਆ, ਅੰਮਾ ਉਸਨੂੰ ਇੱਥੇ ਲੈਵਾਂ। ਫਿਰ ਮੈਂ ਦਿਲ ਕਰਦਾ ਮੈਂ ਹੁਸੈਨ ਦੇ ਅਜ਼ਾਦਾਰ ਦਾ ਸ਼ੁਕਰੀਆ ਅਦਾ ਕਰਾਂ। ਬਸ ਬੁਲੰਦ ਖੇਲ ਵਾਲੇ ਆਪਣਾ ਮਕਾਮ ਵੇਖੀ, ਤੂੰ ਕਿਤਨਾ ਆਲੇ ਮੁਹੰਮਦ ਦੇ ਕਰੀਬ, ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲ, ਥੋੜ੍ਹਾ ਜਿਹਾ ਇਹਨਾਂ ਅੱਖਾਂ ਦੀ ਹਿਫਾਜ਼ਤ ਕਰ, ਥੋੜ੍ਹਾ ਜਿਹਾ ਗੁਨਾਹ ਤੋਂ ਦੂਰ ਹੋ, ਤਿੰਨ ਆਲੇ ਮੁਹੰਮਦ ਆਪਣੇ ਕਰੀਬ ਕਰ ਲੈਣ। ਕਾਫਲਾ ਰੋਕ ਕੇ ਸੈਯਦ ਉਸਾਜਦੀਨ ਤੁਰਦੇ ਤੁਰਦੇ ਇਸ ਦੇ ਕਰੀਬ ਆਏ, ਇਮਾਮ ਦੇ ਆਉਂਦਿਆਂ ਤੱਕ ਇਹ ਬੰਨੇ 'ਤੇ ਬਹਿ ਚੁੱਕਾ, ਬੇਲਚੇ ਦਾ ਇੱਕ ਸਿਰ ਜ਼ਮੀਨ 'ਤੇ,
ਦੂਜਾ ਇਹਦੇ ਹੱਥ 'ਚ, ਹੱਥਾਂ ਉੱਤੇ ਮੱਥਾ, ਡੁੱਬ ਡੁੱਬ ਕੇ ਪਿਆ ਰੋਂਦਾ। ਯਾਦ ਕਰ ਲੈ ਸੁਣ 53 ਮਾਮਲ ਤੇ ਬੜਾ ਡਰ, ਹੁਣ ਪਤਾ ਕੋਈ ਵੇਖਣ ਵਾਲਾ ਨਹੀਂ, ਸਜਾਦ ਸਾਹਮਣੇ ਆ ਕੇ ਰੁਕੇ ਨੇ, ਪਹਿਲੇ ਨੂੰ ਰੋਂਦਾ ਵੇਖ ਕੇ ਖੁਦ ਰੋਂਦੇ, ਅਖੀਰ ਮੱਥੇ 'ਤੇ ਹੱਥ ਰੱਖਿਆ ਨੇ, ਰੋਣ ਵਾਲਾ ਮੇਰਾ ਸਲਾਮ, ਹੱਥੋਂ ਤੋਂ ਸਰ 'ਚ ਆਇਆ ਸੀ, ਅੱਥਰੂਆਂ ਦੀਆਂ ਅੱਖਾਂ ਭਰੀਆਂ 'ਚ ਵੇਖਿਆ ਸੀ, ਸਫੈਦ ਰੀਸ਼ ਬਜ਼ੁਰਗ ਏ, ਚਿੱਟੀ ਦਾੜੀ ਏ, ਕਮਰ ਝੁਕੀ ਏ, ਅੱਖਾਂ 'ਚ ਰਾਤੇ, ਜ਼ਖਮੀ ਅਤੇ ਨੂਰਾਨੀ ਚਿਹਰਾ, ਬੇਵਸ ਮੱਥੇ 'ਤੇ ਹੱਥ ਰੱਖ ਕੇ ਅਲੈਕਾ ਸਲਾਮ ਅਯੋ ਹਜ਼ਈਫ, ਜਿਹੜੇ ਬਾਈ ਸਜਾਦ ਇਮਾਮ ਨੂੰ ਰੋਣ ਆਇਓ, ਬੁਰੜਾ ਜ਼ਈਫ ਮੇਰਾ ਵੀ ਸਲਾਮ, ਸਜਾਦ ਦਾ ਦਿਨ ਤੇਰੀ ਮਿਹਰਬਾਨੀ, ਬੜੀ ਮੁੱਦਤ ਬਾਅਦ ਸੋਹਣਾ ਸਲਾਮ ਦਾ ਜਵਾਬ ਦਿੱਤਾ, ਲੇਕਿਨ ਮੈਂ ਬਿਮਾ ਬੁਰੜਾ ਨਹੀਂ, ਮੈਂ ਜ਼ਈਫ ਹਾਂ, ਮੈਂ ਬਿਮਾਰ ਹਾਂ। ਕਿਹੜੀ ਬਿਮਾਰੀ ਹੈ? ਫਰਮਾਇਆ ਮੈਂ ਹਸਰਤਾਂ ਦਾ ਮਰੀਜ਼ ਹਾਂ। ਅਗਰ ਮਰੀਜ਼ ਹੈ ਤਾਂ ਕਿਸੇ ਹਕੀਮ ਕੋਲ ਇਲਾਜ ਕਰਾ, ਸਜਾਦਨ ਕੌਣ ਹੈ ਜਿਹੜਾ ਮੇਰਾ ਇਲਾਜ ਕਰੇ, ਹਕੀਮਾਂ ਕੋਲ ਤਾਂ ਮੇਰਾ ਇਲਾਜ ਹੀ ਕੋਈ ਨਹੀਂ। ਅਦੇ ਹਕੀਮ ਬਦਲ, ਫਰਮਾਇਆ ਲੁਕਮਾਨ ਦਾ ਮੈਂ ਖੁਦ ਸਰਦਾਰ ਹਾਂ। ਇੱਥੇ ਪਹੁੰਚ ਕੇ ਮੋਮਨ ਆਂਸੂ ਸਾਫ਼ ਕੀਤੇ, ਫਿਰ ਤ੍ਰੈ ਵਾਰੀ ਸਰ ਤੋਂ ਪੈਰਾਂ ਤੱਕ ਸਜਾਦ ਨੂੰ ਵੇਖਿਆ ਸੀ, ਬੰਦੇ ਖੁਦਾ ਕਿੱਥੋਂ ਆ ਰਹੇ ਹੋ? ਫਰਮਾਇਆ ਬੜੇ ਲੰਬੇ ਸਫ਼ਰ ਕਰਕੇ, ਮੁਸਾਫਿਰ ਹੋ? ਫਰਮਾਇਆ ਮੁਸਾਫਿਰ ਹਾਂ। ਅਦੇ ਨਾ ਕਬੀਲਾ ਖਾਨਦਾਨ ਮੈਂ ਨਹੀਂ ਤੇਰਾ ਜਾਣਦਾ, ਲੇਕਿਨ ਕਿਉਂ ਲੱਗਦਾ ਤੂੰ ਕੋਈ ਮੇਰਾ ਆਪਣਾ ਹੈ? ਤੇਰੇ ਚਿਹਰੇ 'ਚ ਕੋਈ ਕਸ਼ਿਸ਼ ਹੈ? ਮੈਨੂੰ ਲੱਗਦਾ ਤੂੰ ਮੇਰਾ ਕੋਈ ਆਪਣਾ ਲੱਗਣਾ ਹੈ। ਕਿਉਂ ਮੇਰਾ ਦਿਲ ਕਰਦਾ ਮੈਂ ਤੇਰੇ 'ਤੇ ਕੋਈ ਤਰਸ ਕਰਾਂ? ਸਜਾਦਾ ਦਿਨ ਬੜੇ ਅਰਸੇ ਬਾਅਦ ਪਹਿਲਾ ਤੂੰ ਬੰਦਿਆਂ ਜਿਹੜਾ ਮੇਰੇ 'ਤੇ ਤਰਸ ਕਰਨਾ ਚਾਹੁੰਦਾ, ਮੈਨੂੰ ਤਾਂ ਜਿਹੜਾ ਵੀ ਮਿਲਿਆ ਇੰਝ ਮਾਰਿਆ ਜਿਵੇਂ ਬੇਵਾਰਸਰ ਮਾਰਿਆ ਜਾਂਦਾ। ਕੀ ਆਖਣਾ ਚਾਹੁੰਦਾ ਹੈ? ਅਦੇ ਮੇਰਾ ਦਿਲ ਏ, ਤੂੰ ਆਖਿਆ ਨਾ ਮੇਰੀਆਂ ਮਰਜ਼ਾਂ ਲਾ ਇਲਾਜ ਨੇ, ਹਾਂ ਅਦੇ ਹੈ ਮੇਰੇ ਅਕੀਦੇ ਦੀ ਗੱਲ, ਦੱਸੀ ਅਸੀਂ ਕਦੀ ਕਿਸੇ ਨੇ ਨਹੀਂ, ਲੇਕਿਨ ਮੇਰਾ ਦਿਲ ਅਦੇ ਮੈਂ ਤੈਨੂੰ ਦੱਸਾਂ, ਤੁਰ ਮੈਂ ਤੈਨੂੰ ਉੱਥੇ ਲੈ ਚੱਲਾਂ ਜਿੱਥੇ ਲਾ ਇਲਾਜ ਮਰਜ਼ਾਂ ਦਾ ਇਲਾਜ ਹੁੰਦਾ। ਸਜਾਦਾ ਦਿਨ ਹੈ ਕੋਈ ਹੈ ਜਗ੍ਹਾ? ਅਦੇ ਹਾਂ, ਉਹ ਜਿਹੜਾ ਦੋ ਮੀਲ ਅੱਗੇ ਜੰਗਲ ਵੇਖ ਰਿਹਾ, ਜੰਗਲ ਨਹੀਂ ਹੈ ਮੁੱਲ ਹੈ, ਇੱਥੇ ਕੁਝ ਹਸਤੀਆਂ ਆਰਾਮ ਕਰ ਰਹੀਆਂ ਨੇ, ਇੱਥੇ ਫਰਿਸ਼ਤੇ ਆ ਕੇ ਇਲਾਜ ਕਰਾਉਂਦੇ, ਲਾ ਇਲਾਜ ਮਰਜ਼ਾਂ ਦਾ ਇਲਾਜ ਇੱਥੇ ਹੁੰਦਾ ਹੈ। ਇਹ ਅਜੀਬ ਹਕੀਮ ਨੇ, ਹਕੀਮ ਨਬਜ਼ਾਂ ਵੇਚਦੇ ਨੇ, ਕਰਬਲਾ ਲੈ ਨੀਚਤਾਂ ਵੇਚਦੇ ਨੇ। ਤੁਰ ਮੇਰੇ ਨਾਲ, ਮੇਰਾ ਵਾਅਦਾ ਹੈ ਤੂੰ ਠੀਕ ਹੋਏਗਾ, ਮੇਰੇ ਪੀਰ ਮੈਨੂੰ ਖਾਲੀ ਨਹੀਂ ਤੋਰਨਗੇ, ਮੈਂ ਆਪਣੇ ਪੀਰਾਂ ਦੇ ਪੈਰਾਂ 'ਚ ਬੈਠ ਜਾਵਾਂਗਾ, ਮੇਰਾ ਵਾਅਦਾ ਹੈ ਤੁਰ ਕਰਬਲਾ, ਤੇਰੀਆਂ ਅੱਖਾਂ ਦੀ ਰੱਤ ਮੁੱਕ ਜਾਏਗੀ। ਫਰਮਾਉਂਦੇ ਤੇਰੀ ਵੀ ਮਿਹਰਬਾਨੀ, ਤੇਰੇ ਕਰਬਲਾ ਵਾਲਿਆਂ ਦਾ ਵੀ ਸ਼ੁਕਰੀਆ, ਹਰ ਮਰੀਜ਼ ਦਾ ਇਲਾਜ ਕਰਬਲਾ ਹੈ। ਅੱਲਾ ਦੀ ਕਾਇਨਾਤ 'ਚ ਇੱਕੋ ਮੈਂ ਹਾਂ, ਮੈਂ ਮੰਨਣਾ ਹੈ ਮੇਰੀਆਂ ਮਰਜ਼ਾਂ ਹੋਰ ਵੱਧ ਵੈਸੇ, ਕੋਈ ਨਹੀਂ ਮੇਰਾ ਉੱਥੇ ਵੀ ਇਲਾਜ, ਕੋਈ ਨਹੀਂ ਮੈਂ ਉੱਥੇ ਠੀਕ ਹੋਣਾ। ਇੱਥੇ ਮੋਮਨ ਦੇ ਦਿਲ ਠੇਸ ਆਈ, ਅੱਜ ਕਿਸੇ ਸ਼ੀਆ ਨੌਖਾ ਨੂੰ ਮੈਂ ਕਰਬਲਾ ਗਿਆ ਮੈਂ ਠੀਕ ਨਹੀਂ ਹੋਇਆ, ਅੰਦਰੋਂ ਮੋਮਨ ਨੂੰ ਤਕਲੀਫ ਆਉਂਦੀ, ਵੇਖ ਕੇ ਅਦੇ ਅਬਦੇ ਖੁਦਾ ਮਰਜ਼ ਦੱਸ ਜਿਹਦਾ ਇਲਾਜ ਕਰਬਲਾ ਨਹੀਂ। ਫਰਮਾਉਂਦੇ ਨੇ ਆਪ ਵੀ ਰੋਣਾ ਹੀ, ਮੈਨੂੰ ਵੀ ਰੋਣਾ ਹੀ, ਅਦੇ ਨਹੀਂ ਪਤਾ ਲੱਗੇ ਨਾ ਕਿਹੜੀ ਮਰਜ਼ ਹੈ ਜਿਹਦਾ ਇਲਾਜ ਕਰਬਲਾ ਨਹੀਂ। ਸਜਾਦ ਆਦੇ ਨੇ ਉਸ ਮਰਜ਼ ਦਾ ਨਾਂ ਹੈ ਗੈਰਤ, ਅਦੇ ਕਿੱਥੋਂ ਲੱਗਦੀ ਆ? ਇਮਾਮ ਆਦਿਨ ਬਾਜ਼ਾਰਾਂ 'ਚੋਂ ਲੱਗਦੀ, ਅਦੇ ਆਪਦੇ ਖੁਦਾ ਗੱਲਾਂ ਰਾਜ਼ ਵਾਲੀਆਂ ਨੇ, ਅੱਖਾਂ ਰੱਤ ਵਾਲੀਆਂ ਨੇ, ਮੈਨੂੰ ਸਮਝਾ ਇਹ ਮਰਜ਼ ਕੀ ਹੈ? ਫਰਮਾਇਆ ਮੇਰੀ ਪਹਿਲੀ ਮਰਜ਼ ਹੈ ਮੇਰੀ ਮਾਂ ਦਾ ਬੁਰਕਾ, 80,000 ਬਦਮਾਸ਼ਾਂ ਚਲਤ। ਮੇਰੀ ਦੂਜੀ ਮਰਜ਼ ਏ ਮੇਰੀ ਬੇਵਾ ਬਹਿਣ ਦਾ ਦਾਜ, ਮੇਰੇ ਅੱਖੀਂ ਦੇ ਵੇਦਿਆਂ ਬਦਮਾਸ਼ ਲੁੱਟ ਕੇ ਲੈ ਗਏ।
ਮੇਰੀ ਤ੍ਰੀਜੀ ਮਰਦੇ ਸ਼ਰਾਬੀ ਮੇਰੇ ਸਾਹਮਣੇ ਮੇਰੀ ਨਿੱਕੀ ਜਿਹੀ ਭੈਣ ਦੇ ਦੁਰ ਵੇਲਾਂਦਰ ਇਮਾਮ ਸੁਣਾਉਂਦੇ ਆਏ ਨੇ ਮੋਮਨ ਦੇ ਜਿਗਰ ਤੇ ਨਿਸ਼ਤਾ ਚੱਲੇ ਨੇ ਗੁੱਲਣ ਖੇਲਾ ਲਿਆ 1400 ਸਾਲ ਬਾਅਦ ਮੈਂ ਪੜਿਆ ਤੇ ਤੁਰੁਨ ਕਰ ਅੰਦਾਜ਼ਾ ਜੇ ਪੜਨ ਵਾਲਾ ਸਜਾਦ ਹੋਵੇ ਛੇਵੇਂ ਬਾਅਦ ਸਫ਼ਰ ਮੈਂ ਦਿਨ ਦਿਲ ਦੀ ਗੱਲ ਨਿਕਲੀ ਦਿਲਾਂ ਤੇ ਅਸਰ ਕਰਦੀ ਸੱਜਾਦ ਪੇ ਪੜਦੇ ਨੇ ਮੋਮਨ ਦਾ ਜਿਗਰ ਪਿਆ ਫਟਦਾ ਹੱਥ ਬੰਨ ਕਹਿੰਦਾ ਬਸ ਕਰ ਬਸ ਕਰ ਆਪਦੇ ਖੁਦਾ ਤੇਰੇ ਸੁਣਨ ਵਾਲੀਆਂ ਨਹੀਂ ਇਮਾਮਾ ਦਿਨ ਮੈਂ ਤੇ ਪਹਿਲੇ ਆਖਿਆ ਆਪ ਵੀ ਰੋਣਾ ਏ ਮੈਨੂੰ ਵੀ ਰੋਣਾ ਏ ਮੈਨੂੰ ਛੋੜ ਮੇਰੀ ਮਰਜ਼ ਦਾ ਇਲਾਜ ਇੱਕੋ ਏ ਕਿ ਇਲਾਜ ਏ ਸੱਜਾਦ ਦਾ ਦਿਨ ਮੇਰੀ ਮਰਜ਼ ਦੇ ਇਲਾਜ ਦਾ ਨਾਂ ਹੈ ਮੌਤ ਤੂੰ ਮੰਗ ਮੈਨੂੰ ਜਲਦੀ ਲੱਭੇ ਮੁੱਦਤ ਹੋ ਗਈ ਏ ਮੈਂ ਲੱਭਣਾ ਮੈਨੂੰ ਮੌਤ ਨਹੀਂ ਪਈ ਲੱਭਦੀ ਮੈਂ ਢੂੰਡਣਾ ਮੈਨੂੰ ਮੌਤ ਨਹੀਂ ਦਿਸਦੀ ਤੂੰ ਦੁਆ ਕਰ ਫਰਮਾਇਸ਼ ਲਾ ਜ਼ਿੰਦਗੀ ਸਿਹਤ ਨਾਲ ਜਿਵੇਂ ਫਰਮਾਇ ਦਿਨ ਮੈਨੂੰ ਛੋੜ ਤੂੰ ਕਿਉਂ ਰੁਨਾ ਅਦੇ ਜੀ ਮੇਰਾ ਕੋਈ ਜ਼ਾਤੀ ਨੁਕਸਾਨ ਹੋ ਗਿਆ ਮੈਂ ਅੱਗੇ ਪੜੇ ਨਾ ਤਕੀਏ ਦਾ ਜ਼ਮਾਨਾ ਹੀ ਮੋਮਨ ਡਰਦੇ ਆਣ ਤਕੀਆ ਤਾਂ ਨਾ ਦੇ ਜੀ ਮੇਰਾ ਜ਼ਾਤੀ ਨੁਕਸਾਨ ਆਇਆ ਸੱਜਾ ਦਾ ਦਿਨ ਹੋ ਸਕਦਾ ਤੇਰਾ ਮੇਰਾ ਇੱਕ ਹੋਵੇ ਅਦੇ ਨਹੀਂ ਨਹੀਂ ਮੇਰਾ ਆਪਣਾ ਨੁਕਸਾਨ ਹੈ ਮੋਢੇ ਤੇ ਹੱਥ ਰੱਖਿਆ ਦੇ ਨਾ ਲੁਕਾ ਜਨ ਜੰਗਲਾਂ ਚ ਰੋਣਾ ਉਹਦੀਆਂ ਭੈਣਾਂ ਦਾ ਵਾਸਤਾ ਹੀ ਭੈਣਾਂ ਦਾ ਨਾਮ ਆਇਆ ਬੇਲਚਾ ਪਰਾ ਸਟਕਿਆ ਦਾ ਵਾਸਤਾ ਔਖਾ ਦਿੱਤੇ ਤੇ ਸੁਣ ਮੇਰਾ ਪੀਰ ਆਈ ਜਿਹਦਾ ਨਾਂ ਹੁਸੈਨ ਆਈ ਸਾਲ ਪਹਿਲੇ ਸੇ ਜੰਗਲ ਚ ਮਾਰਿਆ ਨੇ ਯਾਰਾਂ ਮੁਹਰਮ ਆਈ ਮੁਸਲਮਾਨ ਉਹਦੀਆਂ ਭੈਣਾਂ ਕੈਦ ਕਰਕੇ ਲੈ ਸ਼ਾਮ ਚਲੀਆਂ ਗਈਆਂ ਸੈਯਦਾਦੀਆਂ ਮੁੱਦਤ ਹੋ ਗਈ ਏ ਮੈਂ ਹੁਸੈਨੀ ਅਜ਼ਾਦਾਰਾਂ ਮੈਂ ਹੁਸੈਨ ਦਾ ਸ਼ੀਆ ਮੈਂ ਇਹਨਾਂ ਜੰਗਲਾਂ ਤੇ ਮਿੱਟੀਆਂ ਤੇ ਬਾਨਾ ਮੈਂ ਸੁਬਹ ਆਉਣਾ ਸ਼ਾਮੇ ਤੁਰ ਜਾਣਾ ਮੈਨੂੰ ਯਕੀਨ ਏ ਜਦਨ ਬਹਿਣ ਦੀ ਰਿਹਾਈ ਆਉਣੀ ਏ ਪਹਿਲਾਂ ਸਲਾਮ ਕਰਨ ਕਰਬਲਾ ਆਉਣਾ ਨਿਤ ਕਾਫਲੇ ਗੁਜ਼ਰਦੇ ਨੇ ਮੈਂ ਰੋਜ਼ ਵੇਨਾ ਅਜੇ ਤੱਕ ਨਹੀਂ ਆਈਆਂ ਇਹ ਹੁਣੇ ਹੁਣੇ 3 ਮਹਿਮਲ ਗੁਜ਼ਰੇ ਨੇ ਮੈਨੂੰ ਬਤੂਲ ਦੀਆਂ ਧੀਆਂ ਯਾਦ ਆਈਆਂ ਮੈਂ ਤਾਂ ਰੋਣਾ ਸੱਜਾ ਦਾ ਦਿਨ ਜਿਹੜੇ ਕਾਫਲੇ ਨੇ ਮਹਿਲੋਂ ਵੇਖ ਕੇ ਰੋਣਾ ਉਹ ਮੇਰਾ ਕਾਫਲਾ ਰਸਤਾ ਪੁੱਛਣ ਆਇਆ ਸੱਜਾ ਦਾ ਦਿਨ ਮੈਂ ਭੁੱਲਣ ਵਾਲਾ ਨਹੀਂ ਮੁਸਾਫਿਰਾ ਕਿਸੇ ਸ਼ਹਿ ਦੀ ਲੋੜ ਆਈ ਸੱਜਾ ਦਾ ਦਿਨ ਮੈਂ ਕਾਇਨਾਤ ਦਾ ਦਾਤਾ ਮੈਂ ਮੰਗਣ ਵਾਲਾ ਨਹੀਂ ਅਦੇ ਤੇ ਇੱਥੇ ਕਿਉਂ ਆਇਆ ਫਰਮਾਇਆ ਏਡਾ ਸੋਹਣਾ ਪਿਆ ਰੋਣਾ ਹੈ ਮੈਨੂੰ ਰੋਂਦੇ ਚੰਗੇ ਲੱਗਦੇ ਨੇ ਮੈਂ ਰੋਵਣ ਆਇਆ ਦੇ ਮੈਂ ਤੇ ਆਪਣੇ ਪੀਰ ਨੂੰ ਰੋਣਾ ਸੱਜਾ ਦਾ ਦਿਨ ਮੈਂ ਵੀ ਤੇਰੇ ਪੀਰ ਸ਼ਬੀਰ ਨੂੰ ਰੋਣਾ ਫਰਕ ਕਿਤਨਾ ਜ਼ਹਰਾ ਦੇ ਬੱਚੜੇ ਨੂੰ ਪਾਣੀ ਰੋਣਾ ਹੈ ਮੈਂ ਅਕਬਰ ਦੇ ਬਾਬੇ ਨੂੰ ਰਾਤ ਰੋਣਾ ਹੈਰਾਨ ਹੋ ਕੇ ਤੇ ਤੂੰ ਤੇ ਕੋਈ ਵੱਡਾ ਸ਼ੀ ਹੈ ਤੂੰ ਹੁਸੈਨ ਦਾ ਜ਼ਦਾਰ ਹੈ ਹਾਂ ਮੈਂ ਹੁਸੈਨੀ ਅਦਾ ਗੱਲ ਆ ਰਲ ਕੇ ਰੋਈਏ ਹਰਾਮਜ਼ਾਦਿਆਂ ਕਿਹੜਾ ਜ਼ਾਲਮਾਂ ਨਾਲ ਮਾਰਿਆ ਬਹਿਣਾਂ ਦੇ ਸਾਹਮਣੇ ਮਾਰਿਆ ਨੇ ਆ ਗੱਲ ਆ ਇੱਥੇ ਕੋਈ ਯਜ਼ੀਦੀ ਸੁਣਨ ਵਾਲਾ ਨਹੀਂ ਸੱਜਾ ਦਾ ਦਿਨ ਇੱਥੇ ਨਹੀਂ ਰੋਣਾ ਜਿਹੜੇ ਮਹਿਮਲ ਵੇਖੇ ਨੇ ਉਹਨਾਂ 'ਚ ਮੇਰੀਆਂ ਪਰਦੇਦਾਰ ਵੀ ਤੇਰੇ ਹੁਸੈਨ ਦੀਆਂ ਅਜ਼ਾਦਾਰ ਖੁਸ਼ ਹੋ ਗਿਆ ਮੋਮਨ ਯਜ਼ੀਦੀ ਦੌਰ ਇਤਨੇ ਸ਼ੀਆ ਇਕੱਠੇ ਮਿਲ ਗਏ ਅੱਗੇ ਅੱਗੇ ਇਮਾਮ ਜ਼ਮਾਨਾ ਪਿੱਛੇ ਪਿੱਛੇ ਅਜ਼ਾਦਾਰ ਮਹਿਮਲ ਦੇ ਕੋਲ ਖਲੋ ਕਹਿ ਦੇ ਨੇ ਅੰਮਾ ਮੋਮਨ ਆ ਗਏ ਆਲੀਆ ਦਾ ਆਵਾਜ਼ ਆ ਗਿਆ ਤੇ ਨਾਕ ਉਹ ਵੈਣ ਕਰੇ ਜਿਹੜਾ ਕੱਲਿਆਂ ਕਰਕੇ ਰੋਂਦਾ ਹੈ ਆਦਾ ਲੱਖ ਲੱਖ ਵਾਰੀ ਵੈਣ ਕਰਾਂ ਮੇਰਾ ਅੱਲਾ ਕੋਈ ਮੁਸਾਫਿਰ ਵਤਨਾ ਤੇ ਵੱਲੇ ਵੈਣ ਮੈਂ ਕਦਨ ਸੁਣ ਸਾਂ ਜ਼ਹਰਾ ਦੀਆਂ ਧੀਆਂ ਸ਼ਾਮ ਦੇ ਅਮਲ ਇਹਦੇ ਵੈਣ ਆਉਣ ਆਈ ਅਲੀ ਦੀਆਂ ਧੀਆਂ ਦੇ ਮਾਮਲਾ ਦੁਬਾਰਾ ਵਾਲ ਖੁੱਲਣ ਲੱਗ ਪਏ 3 ਵੈਣ ਕਰਕੇ ਮੋਮਨ ਚੁੱਪ ਕਰ ਗਿਆ ਆਪਣੇ ਆਪ ਨੂੰ ਆਦਾ ਉਹ ਨਾ ਹੋਵੇ ਜਿਹੜੀ ਸਾਲ ਪਹਿਲੇ ਗਈ ਆਈ ਲੇਕਿਨ ਉੱਥੇ 53 ਲੈ ਕੇ ਗਈ ਆਈ ਇੱਥੇ 3 ਮਹਿਮਲ ਫਟੇ ਪਰਦੇ ਇੱਥੇ ਅਰਬ ਦੇ ਡਾਕੂਆਂ ਦੇ ਹੱਥੋਂ ਕੋ ਲੁੱਟਿਆ ਕਾਫਲਾ
ਫਿਰ ਆਪਣੇ ਆਪ ਨੂੰ ਆਦਾ ਨਹੀਂ ਨਹੀਂ ਰੋਂਦੀ ਇੰਜੇ ਜਿਵੇਂ ਕੋਈ ਸੱਕੀ ਰਿਸ਼ਤੇਦਾਰ ਹੋਵੇ, ਇੰਜ ਗੈਰ ਨਹੀਂ ਰੋਂਦੀਆਂ। ਗੁੱਲਨ ਖੇਲਾ ਲਿਆਦਾ ਚੁੱਪ ਕਰਨ ਆਇਆ ਆਲੀਆ ਦੀ ਆਵਾਜ਼ ਆਈ ਹੈ, ਸਜਾਦ ਮੋਮਨ ਨੂੰ ਆਖ ਵੈਣ ਕਰੇ ਮੈਂ ਦੀ ਜੰਨਤ ਦੀ ਜ਼ਾਮੇ ਨਾ, ਮੋਢੇ ਤੇ ਹੱਥ ਰੱਖਿਆ ਦੇਣਾ ਰੋਵਣ ਵਾਲਿਆ ਵੈਣ ਵਧਾ, ਜੰਨਤ ਸਸਤੀ ਹੋ ਗਈ ਆ ਮੇਰੀ ਅੰਮਾ ਤੇਰੀ ਜੰਨਤ ਦੀ ਜ਼ਾਮਾ ਨੇ, ਮਿੰਬਰ ਦੀ ਕਸਮ ਏ ਜੰਨਤ ਦਾ ਨਾਮ ਆਏ, ਸੱਜਾ ਉਹਦੇ ਪੈਰਾਂ ਤੇ ਹੱਥ ਰੱਖਿਆ ਦਾ ਤੇਰੇ ਲਹਿਜੇ ਚ ਝੂਠ ਕੋਈ ਨਹੀਂ ਹੈ, ਸੱਚੀ ਦੱਸੀ ਜਿਹੜੀ ਮਹਮਲੀ ਜੰਨਤ ਦਿੰਦੀ ਏ ਕੋਈ ਮਦੀਨੇ ਵਾਲੀ ਸੈਨਾਵੇ, ਸੱਜਾ ਦਾ ਦਿਨ ਗੱਲ ਲਾ ਅਠਾਰਾਂ ਮਹਿਰਾਵਾਂ ਦੀ ਭੈਣੇ, ਮੈਂ ਤੇਰੇ ਪੀਰ ਦਾ ਪੁੱਤਰ ਸਜਾਦਾ, ਆਦਾ ਮੇਰਾ ਪੀਰ ਚੌਵੀਆਂ ਸਾਲਾਂ ਦਾ ਜਵਾਨ ਆਈ, ਤੇਰੀ ਦਾੜੀ ਕਿਉਂ ਚਿੱਟੀ ਏ, ਜਿਗਰ ਤੇ ਹੱਥ ਰੱਖ ਕੇ ਪਿਆ ਦੇਨੇ ਡਿੱਠੀ ਮਾਂ ਟੁਰਦੀ, ਓ ਬੇਗੈਰਤ ਵਿੱਚ ਮੇਰੀ ਦਾੜੀ ਰੰਗ, ਥੋੜਾ ਥੋੜਾ ਆਵਾਜ਼ ਵਧਾਈ ਬਾਈ, ਥੋੜਾ ਆਵਾਜ਼ ਨਹੀਂ ਬਾਈ, ਇੱਕ ਮੈਂ ਹੋਰ ਕੋਸ਼ਿਸ਼ ਕਰਾਂ, ਖੁਦਾ ਕਰੇ ਜਿਹੜਾ ਅਜੇ ਤੱਕ ਨਹੀਂ ਰੋਨਾ ਉਸ ਦਾ ਵੀ ਗਿਰੀ ਆਵੇ, ਬੀਬੀ ਪਾਕ ਜ਼ਰੂਰ ਖਿਤਾ ਅਦਾ ਕਰਨ, ਮੁਕਦੀ ਹੈ ਮੇਰੀ ਮਜਲਿਸ ਪਾਕ ਹੋ ਗਿਆ। ਮੌਲਾ ਪੰਜਾਹ ਮਾਮਲ ਫਰਮੈਂਦੇ ਨੇ ਸ਼ਾਮ ਖਾ ਗਈ, ਇਹ ਕੌਣ ਨੇ ਫਰਮੇ ਮੇਰਾ ਬਾਕਿਰ ਪੁੱਤਰੇ ਮੈਂ ਤੇਰਾ ਪੀਰ ਸਜਾਦ, ਅਦੇ ਮੌਲਾ ਹੁਣ ਮੈਂ ਸੁਣਾਵਾਂ, ਹਾਂ ਸੁਣਾ, ਅਦੇ ਨਾਮ ਮੇਰਾ ਜਾਫਰ, ਉਹ ਸਾਹਮਣੇ ਬਸਤੀ ਹੈ ਮੇਰੀ, ਮੌਲੇ ਜ਼ਮੀਨਾਂ ਮੇਰੀਆਂ ਨਹੀਂ, ਇਮਾਮ ਆਦਿਨ ਏਡੀ ਗਰਮੀ 'ਚ ਗੈਰਾਂ ਦੀਆਂ ਜ਼ਮੀਨਾਂ ਨੂੰ ਕਿਉਂ ਹਮਵਾਰ ਕਰਨਾ, ਆਦਾ ਵਿਹੜੇ ਰੋਣ ਕੋਈ ਨਹੀਂ ਦਿੰਦਾ, ਯਜ਼ੀਦੀ ਚੌਖੇ ਨੇ ਅਸੀਂ ਰੋਣ ਦੇ ਬਹਾਨੇ ਜੰਗਲਾਂ 'ਚ ਨਿਕਲਨੇ ਆ, ਗੋਡੀਆਂ ਜੰਗਲਾਂ ਦੀਆਂ ਕਰਨੇ ਆ, ਰੋਣ ਦਾ ਬਹਾਨਾ ਤੇਰੀਆਂ ਮਾਵਾਂ ਦੇ ਬੁਰਕਿਆਂ ਨੂੰ, ਸਾਡੀਆਂ ਔਰਤਾਂ ਘਰਾਂ ਦੇ ਜੰਦਰੇ ਮਾਰ ਕੇ ਅੰਦਰ ਆਉਂਦੀਆਂ ਨੇ, ਆਖੋ ਤੇ ਮੈਂ ਮਰਦਾਂ ਸ਼ੀਆਂ ਨੂੰ ਬੁਲਾਵਾਂ, ਅੱਲਾ ਜਾਣੇ ਗੁੱਲਣ ਖੇਲਾ ਲਿਆ ਬਾਕਿਰ ਦਾ ਬਾਬਾ ਹਾਂ ਕਰਦਾ ਜਾਂ ਨਾ, ਮਹਮਲੀ ਚ ਆਵਾਜ਼ ਆਇਆ ਬੰਨਣ ਦੇ ਮੈਂ ਸਿੱਕਦੀ ਵਧੀਆ, ਆਵੇ ਕੋਈ ਹੋਵੇ ਜਿਹੜਾ ਮੈਨੂੰ ਹੁਸੈਨ ਦੀ ਮੁਕਾਨ ਦੇਵੇ, ਭੱਜ ਪਿਆ ਮੋਮਨ ਸ਼ੀਆਂ ਦੇ ਦਰਵਾਜ਼ਿਆਂ ਤੇ ਹੱਥ ਮਾਰ ਕੇ ਪੈਦਾ ਬਾਹਰ ਨਿਕਲੋ, ਅਲੀ ਦੀਆਂ ਧੀਆਂ ਰਿਹਾਓ ਕਿ ਤੁਹਾਡੀ ਬਸਤੀ ਦੇ ਬਾਹਰ ਆ ਗਏ, ਕੀ ਹਾਲਤ ਹੁੰਦੀ ਹੈ ਸ਼ੀਆ ਘਰਾਨਿਆਂ ਦੀ, ਅੱਜ ਐਲਾਨ ਹੋਵੇ ਗੁੱਲਨ ਖੇਲ ਬਤੂਲ ਦੀਆਂ ਧੀਆਂ ਦੇ ਮਹਮਲ ਪੈ ਲੰਘਦੇ, ਸ਼ੀਆਂ ਨੂੰ ਘਰ ਬੰਦ ਕਰਨੇ ਭੁੱਲ ਗਏ, ਮਾਮਾ ਤਾਕ ਬੁਲਾਉਣੇ ਭੁੱਲ ਗਏ, ਬਾਲ ਚਾਣੇ ਭੁੱਲ ਗਏ, ਮਰਜਨਾ ਵੇ ਸਜਾਦ ਕੋਲ ਆ ਗਏ, ਮਸਤੂਰਾਂ ਆਲੀਆ ਦੇ ਮਹਮਲ ਦੇ ਕੋਲ, ਕੋਈ ਪਿਆ ਦੀ ਆਲੀਆ ਤੇਰੇ ਗਾਜ਼ੀ ਦੇ ਅਰਮਾਨ, ਕੋਈ ਆਦੀ ਏ ਤੇਰੇ ਸੋਹਣੇ ਹੁਸੈਨ ਦੇ ਅਰਮਾਨ, ਕੋਈ ਪਿਆ ਦੀ ਏ ਤੇਰੇ ਨਾਨੇ ਦੀਆਂ ਸ਼ਕਲਾਂ ਲੈ ਅਕਬਰ ਦੇ ਅਰਮਾਨ, ਮਰ ਸਜਾਦ ਨੂੰ ਪੁਰਸੇ ਪੇ ਦਿੰਦੇ ਆਣ, ਔਰਤਾਂ ਆਲੀਆ ਨੂੰ ਮੂੰਹ ਦੇ ਮਾਤਮ ਜਾਰੀ ਆਣ, ਅਚਾਨਕ ਉਸੇ ਬਸਤੀ ਚੋਂ ਤੀਸਰਾ ਹਲਕਾ ਮਾਤਮੀਆਂ ਦਾ ਨਿਕਲਿਆ, ਗੁੱਲਣ ਖੇਲਾ ਲਿਆ ਜਿਹੜਾ ਤੀਸਰਾ ਹਲਕਾ ਮਾਤਮੀਆਂ ਦਾ ਆਇਆ, ਸ਼ੀਆਂ ਦੀਆਂ ਚਾਰ ਪੰਜ ਸਾਲ ਦੀਆਂ ਬੱਚੀਆਂ ਜਿਹਨਾਂ ਸਰਾਂ ਦੇ ਦੁਪੱਟੇ ਲਹਾਏ ਹੋਏ, ਮੌਤ ਦੇ ਸੰਦਲੇ ਬਣ ਕੇ ਮਾਤਮ ਕਰਦੀਆਂ ਅੱਗੇ ਆਈਆਂ, ਸਜਾਦਾ ਦਿਨ ਆਓ ਮੇਰੀਆਂ ਧੀਆਂ ਮੈਂ ਤੁਹਾਡਾ ਇਮਾਮ, ਹੱਥ ਬਣ ਕੇ ਦਿਨ ਮੌਲਾ ਅਸੀਂ ਤੁਹਾਡੀਆਂ ਮੁਕਾਣੀ ਨਹੀਂ, ਆਲੀਆ ਮਹਮਲ ਚੁਗਾਣ ਪਈਏ, ਆਓ ਮੇਰੀਆਂ ਧੀਆਂ ਮੈਂ ਛੱਤੀਆਂ ਸ਼ਹਿਰਾਂ 'ਚ ਔਖੀ ਤੁਰੀਆਂ, ਮੈਨੂੰ ਮੁਕਾਣ ਦਿਓ, ਨਿੱਕੀਆਂ ਨਿੱਕੀਆਂ ਬੱਚੀਆਂ ਹੱਥ ਬਣ ਕੇ ਆਦੀਆਂ, ਅਮੀਰ ਪਿਓ ਦੀ ਧੀਏ ਅਸੀਂ ਤੇਰੀਆਂ ਵੀ ਮੁਕਾਣੀ ਨਹੀਂ, ਆਲੀਆ ਦੀ ਕਹਿੰਦੀਆਂ ਮੁਕਾਣੀਆਂ ਆਦੀਆਂ, ਅਸੀਂ ਅਲੀ ਅਸਗਰ ਦੀ ਮੁਕਾਨ ਲੈ ਕੇ ਆਈਆਂ, ਕਹਿਨੂੰ ਮਿਲਣਾ ਨੇ ਸੱਜੇ ਖੱਬੇ ਵੇਖ ਕੇ ਆਦੀਆਂ ਨੇ, ਉਹ